ਪ੍ਰਾਈਮ ਏਸ਼ੀਆ ਟੀ ਵੀ ਦੇਖ ਰਹੇ ਸਾਰੇ ਹੀ ਦਰਸ਼ਕਾਂ ਨੂੰ ਜਸਵਿੰਦਰ ਸਿੰਘ ਬਿੱਟਾ ਵੱਲੋਂ ਪਿਆਰ ਭਰੀ ਨਿੱਘੀ ਸਤਿ ਸ਼੍ਰੀ ਅਕਾਲ। ਤੁਸੀਂ ਦੇਖ ਰਹੇ ਹੋ ਪ੍ਰੋਗਰਾਮ ਪ੍ਰਾਈਮ ਚਰਚਾ। ਪ੍ਰਾਈਮ ਚਰਚਾ ਦੇ ਵਿੱਚ ਅਸੀਂ ਵੱਖ ਵੱਖ ਸ਼ਖਸੀਅਤਾਂ ਨੂੰ ਲੈ ਕੇ ਆਉਂਦੇ ਹਾਂ ਜਿਨ੍ਹਾਂ ਸ਼ਖਸੀਅਤਾਂ ਨੇ ਜ਼ਿੰਦਗੀ ਦੇ ਵਿੱਚ ਬਹੁਤ ਮੁਸੀਬਤਾਂ ਝੱਲੀਆਂ ਅਤੇ ਪੰਥ ਲਈ, ਸਿੱਖ ਕੌਮ ਲਈ ਅਤੇ ਆਪਣੇ ਇਸ ਮੰਚ ਦੇ ਉੱਤੋਂ ਉਹਨਾਂ ਨੇ ਬਹੁਤ ਵੱਡੇ ਸੰਘਰਸ਼ 'ਚੋਂ ਲੰਘ ਕੇ ਆਪਣੇ ਜੀਵਨ ਨੂੰ ਸਾਫ਼ ਸੁਥਰਾ ਰੱਖਿਆ। ਐਸੀ ਸ਼ਖਸੀਅਤ ਨੂੰ ਅਸੀਂ ਅੱਜ ਲੈ ਕੇ ਆਏ ਹਾਂ। ਮੇਰੇ ਨਾਲ ਨੇ ਸਰਦਾਰ ਰਾਜਦੇਵ ਸਿੰਘ ਖਾਲਸਾ, ਸਾਬਕਾ ਮੈਂਬਰ ਪਾਰਲੀਮੈਂਟ। ਮੈਂ ਇਹਨਾਂ ਬਾਰੇ ਤੁਹਾਨੂੰ ਦੱਸਦਿਆਂ, ਸਰਦਾਰ ਰਾਜਦੇਵ ਸਿੰਘ ਖਾਲਸਾ ਸਾਬਕਾ ਮੈਂਬਰ ਪਾਰਲੀਮੈਂਟ, 1999 ਦੇ ਵਿੱਚ ਸੰਗਰੂਰ ਹਲਕੇ ਤੋਂ ਮੈਂਬਰ ਪਾਰਲੀਮੈਂਟ ਬਣੇ ਅਤੇ 1.25 ਲੱਖ ਵੋਟ ਤੋਂ ਵੱਧ ਇਹ ਜੇਤੂ ਕਰਾਰ ਦਿੱਤੇ ਗਏ। ਉਸ ਸਮੇਂ ਯੂਨਾਈਟਡ ਅਕਾਲੀ ਦਲ ਦੇ ਉਮੀਦਵਾਰ ਸਨ ਅਤੇ ਇਹਨਾਂ ਦਾ ਚੋਣ ਨਿਸ਼ਾਨ ਸੀ ਉੜਦਾ ਬਾਜ। ਉਸ ਸਮੇਂ ਹੀ ਸਰਦਾਰ ਸਿਮਰਨਜੀਤ ਸਿੰਘ ਮਾਨ ਨੇ ਚੋਣ ਲੜੀ ਸੀ, ਲੇਕਿਨ ਉਹਨਾਂ ਨੇ ਸਹੁੰ ਨਹੀਂ ਸੀ ਚੁੱਕੀ। ਸਰਦਾਰ ਰਾਜਦੇਵ ਸਿੰਘ ਖਾਲਸਾ ਨੇ ਸਹੁੰ ਚੁੱਕੀ ਸੀ ਅਤੇ ਮੈਂਬਰ ਪਾਰਲੀਮੈਂਟ ਹੋਣ ਦਾ ਜਿਹੜਾ ਮਾਣ ਇਹਨਾਂ ਨੂੰ ਪ੍ਰਾਪਤ ਹੋਇਆ। ਅਤੇ ਇਹਨਾਂ ਦੇ ਨਾਲ ਹੀ ਜਹੇਦਾਰ ਜਗਦੇਵ ਸਿੰਘ ਖੁੱਡੀਆ, ਜਿਹੜੇ ਦਰਵੇਸ਼ ਸਿਆਸਤਦਾਨ ਸਨ ਉਦੋਂ ਉਹਨਾਂ ਦੀ ਟਰਮ ਦੇ ਵਿੱਚ, ਬੀਬੀ ਰਜਿੰਦਰ ਕੌਰ ਬੁਲਾਰਾ, ਉਹ ਵੀ ਮੈਂਬਰ ਪਾਰਲੀਮੈਂਟ ਬਣੇ। ਸੋ ਖਾਲਸਾ ਜੀ, ਤੁਹਾਡਾ ਬਹੁਤ ਸਵਾਗਤ ਪ੍ਰਾਈਮ ਏਸ਼ੀਆ ਅਤੇ ਪ੍ਰਾਈਮ ਚਰਚਾ ਵਿੱਚ। ਸਭ ਤੋਂ ਪਹਿਲਾਂ ਤਾਂ ਤੁਸੀਂ ਆਪਣੇ ਜੀਵਨ ਬਾਰੇ ਸਾਨੂੰ ਥੋੜ੍ਹਾ ਦੱਸੋ ਕਿ ਤੁਸੀਂ ਹੁਣ ਕੀ ਕਰ ਰਹੇ ਹੋ ਅਤੇ ਕਿੱਥੇ ਤੁਸੀਂ ਪੜ੍ਹੇ, ਰਾਜਸੀ ਜੀਵਨ ਤੁਹਾਡਾ ਕਦੋਂ ਸ਼ੁਰੂ ਹੋਇਆ? ਮੇਰਾ ਰਾਜਸੀ ਜੀਵਨ 9ਵੀਂ ਕਲਾਸ ਦੇ ਵਿੱਚ ਜਦੋਂ ਮੈਂ ਪੜ੍ਹਦਾ ਸੀ ਗੌਰਮੈਂਟ ਹਾਈ ਸਕੂਲ ਬਰਨਾਲਾ ਵਿੱਚ, ਉੱਥੋਂ ਸ਼ੁਰੂ ਹੋਇਆ। ਉਸ ਸਮੇਂ ਮਾਸਟਰ ਤਾਰਾ ਸਿੰਘ ਪੰਥ ਦੇ ਨੇਤਾ ਸੀ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੀ ਅਤੇ ਮੰਨੀ ਪ੍ਰਮੰਨੀ ਸ਼ਖਸੀਅਤ ਸੀ ਜੀ। ਮਾਸਟਰ ਤਾਰਾ ਸਿੰਘ ਦੀ ਅਗਵਾਈ ਦੇ ਵਿੱਚ ਮੈਂ 55 ਦਲ ਦਾ ਪ੍ਰਧਾਨ ਬਣਿਆ। ਮਾਸਟਰ ਜੀ ਦੇ ਹੁੰਦੇ ਹੀ ਸੰਤ ਬਾਬਾ ਫਤਿਹ ਸਿੰਘ ਦੇ ਨਾਲ ਪਾਰਟੀ ਦੀ ਅਗਵਾਈ ਦੇ ਲਈ ਇੱਕ ਝਗੜਾ ਸ਼ੁਰੂ ਹੋਇਆ। ਉਸ ਦੇ ਵਿੱਚ ਜਿਹੜਾ ਮੁੱਦਾ ਸੀ ਉਹ ਜੱਟ ਅਤੇ ਗੈਰ ਜੱਟ ਦਾ ਰੱਖਿਆ ਗਿਆ ਜੀ। ਪਰੰਤੂ ਜਿਹੜਾ ਮੈਂ ਜੱਟ ਹੋਣ ਦੇ ਨਾਤੇ ਵੀ ਮਾਸਟਰ ਤਾਰਾ ਸਿੰਘ ਦੇ ਨਾਲ ਖੜਾ ਰਿਹਾ ਜੀ। ਮੈਂ ਸਮਝਦਾ ਸੀ ਕਿ ਉਹਨਾਂ ਨੇ ਬੜੀ ਸੁਚੁੱਜੀ ਅਗਵਾਈ ਦਿੱਤੀ ਹੈ ਅਤੇ ਉਹ ਪੰਥ ਦੀ ਅਗਵਾਈ ਕਰ ਰਹੇ ਨੇ ਅਤੇ ਜਾਤ ਪਾਤ ਦਾ ਝਗੜਾ ਜਿਹੜਾ ਹੁੰਦਾ ਉਹ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਦੇ ਬੁਨਿਆਦੀ ਅਤੇ ਮੁੱਢਲੇ ਸਿਧਾਂਤਾਂ ਦੇ ਉਹ ਖਿਲਾਫ਼ ਹੈ ਜੀ ਜੀ ਅਤੇ ਸਿੱਖ ਪੰਥ ਦੇ ਮੁੱਢਲੇ ਸਿਧਾਂਤਾਂ ਦੇ ਖਿਲਾਫ਼ ਹੈ। ਉਸ ਤੋਂ ਬਾਅਦ ਉਹਨਾਂ ਦਾ ਅਕਾਲ ਚਲਾਣਾ ਹੋ ਗਿਆ ਮਾਸਟਰ ਤਾਰਾ ਸਿੰਘ ਦਾ ਅਤੇ ਸਿੰਘ ਸਾਹਿਬ ਗਿਆਨੀ ਭੁਪਿੰਦਰ ਸਿੰਘ ਉਸ ਸਮੇਂ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਬਣਾਏ ਗਏ ਸੀ। ਸਰਦਾਰ ਕਿਰਪਾਲ ਸਿੰਘ ਚੱਕ ਸ਼ੇਰਾਂ ਵਾਲਾ ਉਹ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਬਣਾਏ ਗਏ ਸੀ। ਫਿਰ ਉਸ ਤੋਂ ਬਾਅਦ ਮੈਂ ਸੰਤ ਫਤਿਹ ਸਿੰਘ ਦੀ ਅਗਵਾਈ 'ਚ ਆਇਆ ਕਿਉਂਕਿ ਉਹ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਬਣੇ, ਦੋਵੇਂ ਦਲਾਂ ਦੀ ਏਕਤਾ ਹੋ ਗਈ ਸੀ। ਉਸ ਤੋਂ ਬਾਅਦ ਮੈਂ ਸਿੱਖ ਸਟੂਡੈਂਟ ਫੈਡਰੇਸ਼ਨ ਦਾ ਪ੍ਰਧਾਨ ਵੀ ਬਣਿਆ ਅਤੇ 1969 ਦੇ ਵਿੱਚ ਜਥੇਦਾਰ ਦਰਸ਼ਨ ਸਿੰਘ ਫੇਰੂ ਮਾਨ ਜੀ, ਉਹਨਾਂ ਨੇ ਮਰਨ ਵਰਤ ਰੱਖ ਲਿਆ ਸੀ ਪੰਜਾਬੀ ਬੋਲਦੇ ਇਲਾਕੇ ਲੈਣ ਲਈ ਅਤੇ ਚੰਡੀਗੜ੍ਹ ਲੈਣ ਲਈ ਅਤੇ ਭਾਖੜਾ ਡੈਮ ਦੀ ਸਰਦਾਰੀ ਲੈਣ ਲਈ, ਉਹਨਾਂ ਦਾ ਹਥਿਆਰ ਲੈਣ ਲਈ। ਉਸ ਸਮੇਂ ਸ਼੍ਰੋਮਣੀ ਅਕਾਲੀ ਦਲ ਵੱਲੋਂ ਸੰਤ ਬਾਬਾ ਫਤਿਹ ਸਿੰਘ ਨੇ ਇਹਨਾਂ ਨੂੰ ਕਾਂਗਰਸ ਦਾ ਏਜੰਟ ਕਹਿਤਾ ਸੀ, ਜਥੇਦਾਰ ਦਰਸ਼ਨ ਸਿੰਘ ਫੇਰੂ ਮਾਨ ਨੂੰ ਜੀ। ਪਰੰਤੂ ਅਸੀਂ ਫੈਡਰੇਸ਼ਨ ਵੱਲੋਂ ਡਟ ਕੇ ਜਥੇਦਾਰ ਦਰਸ਼ਨ ਸਿੰਘ ਫੇਰੂ ਮਾਨ ਦੇ ਇਹ ਜਿਹੜਾ ਸੀਗਾ ਮਰਨ ਵਰਤ, ਉਸ ਦੀ ਹਮਾਇਤ ਕਰੀ ਜੀ ਜੀ ਬਿਲਕੁਲ। ਅਸੀਂ ਕਿਹਾ ਕਿ ਉਹ ਪੰਥ ਸਿਧਾਂਤਾਂ 'ਤੇ ਤੁਰ ਰਹੇ ਨੇ ਜੀ ਅਤੇ ਜਥੇਦਾਰ ਸਾਹਿਬ ਇੱਕ ਵੱਡੀ ਮਰਿਆਦਾ ਦੇ ਵਿੱਚ ਸ਼ਹਾਦਤ ਦੀ ਜਿਹੜੀ ਪਰੰਪਰਾ ਹੈ ਉਸ ਨੂੰ ਜਿਉਂਦਾ ਰੱਖਣ ਲਈ ਮਹਾਨ ਕੁਰਬਾਨੀ ਕਰਨ ਜਾ ਰਹੇ ਨੇ ਅਤੇ ਇਮਾਨਦਾਰੀ ਨਾਲ ਇਸ 'ਤੇ ਆਏ ਨੇ, ਇਸ ਲਈ ਉਹਨਾਂ ਦੀ ਹਮਾਇਤ ਕਰਨੀ ਚਾਹੀਦੀ ਹੈ ਜੀ ਜੀ ਬਿਲਕੁਲ। ਇਸ 'ਤੇ ਸ਼੍ਰੋਮਣੀ ਅਕਾਲੀ ਦਲ ਦੇ ਮੁਖੀ ਸੰਤ ਬਾਬਾ ਫਤਿਹ ਸਿੰਘ ਨੇ ਇਤਰਾਜ਼ ਕਰਿਆ ਜੀ ਜੀ ਅਤੇ ਉਸ ਤੋਂ ਬਾਅਦ ਇਤਰਾਜ਼ ਕਰਨ ਦੇ ਉਹਨਾਂ ਬਾਅਦ ਵੀ ਮੈਂ ਆਪਣੇ ਸਟੈਂਡ 'ਤੇ ਦ੍ਰਿੜ ਰਿਹਾ ਜੀ ਬਿਲਕੁਲ। ਸੰਤ ਆਪਾਂ ਗੱਲ ਕਰਦੇ ਹਾਂ ਕਿ ਤੁਸੀਂ ਆਪਣੇ ਜੀਵਨ ਦੇ ਬਾਰੇ 'ਚ ਗੱਲ ਕਰ ਰਹੇ ਸੀ। ਅਕਾਲੀ ਦਲ ਮੁੱਢ ਤੋਂ ਤੁਸੀਂ ਅਕਾਲੀ ਦਲ ਦੇ ਮੈਂਬਰ ਰਹੇ, ਯੂਨਾਈਟਡ ਅਕਾਲੀ ਦਲ ਦੇ ਮੈਂਬਰ ਪਾਰਲੀਮੈਂਟ ਰਹੇ, ਸੰਤਾਂ ਨਾਲ ਵੀ ਤੁਹਾਡਾ ਬੜਾ ਨੇੜਤਾ ਵਾਲਾ ਸੁਭਾਅ ਰਿਹਾ, ਸੰਤ ਫਤਿਹ ਸਿੰਘ ਨਾਲ ਵੀ ਤੁਸੀਂ ਵਿਚਰੇ, ਜੀਵਨ ਕਾਲ ਤੁਹਾਡਾ ਪੰਥ ਪ੍ਰਸਤ ਪੰਥ ਦੇ ਨਾਲ ਹੀ ਰਿਹਾ। ਲੇਕਿਨ ਅੱਜ ਜਿਹੜੀ ਸ਼੍ਰੋਮਣੀ ਅਕਾਲੀ ਦਲ ਹੈ, ਜਿਹੜੀ ਕਹਿੰਦੀ ਹੈ ਕਿ ਪੰਥਕ ਪਾਰਟੀ ਹੈ, ਉਹਦੇ ਹਾਲਾਤ ਬੜੇ ਡਗਮਗਾ ਰਹੇ ਨੇ, ਇਹ ਤੁਸੀਂ ਕਿਵੇਂ ਦੇਖਦੇ ਹੋ? ਦੇਖੋ, ਸ਼੍ਰੋਮਣੀ ਅਕਾਲੀ ਦਲ, ਮੈਂ ਇਹ ਗੱਲ ਜਿਹੜੀ ਹੈ ਦ੍ਰਿੜਤਾ ਨਾਲ ਕਹਿ ਸਕਦਾ ਕਿ ਜਿਹੜਾ ਆਪਣੇ ਆਪ ਨੂੰ ਅੱਜ ਸ਼੍ਰੋਮਣੀ ਅਕਾਲੀ ਦਲ ਕਹਾਉਂਦਾ ਇਸ ਨਾਂ 'ਤੇ ਰਜਿਸਟਰਡ ਹੈ ਜੀ, ਉਹ ਦਰਅਸਲ ਸ਼੍ਰੋਮਣੀ ਅਕਾਲੀ ਦਲ ਹੈ ਹੀ ਨਹੀਂ ਜੀ।
संत हरचंद सिंह लौंडोवाल बेशक इस अकाली दल विच सी, असी यूनाइटेड अकाली दल च सी जी, परंतु संत हरचंद सिंह लौंडोवाल की अगवाई नू विच अकाली दल फिर भी चढ़दी कला विच सी जी, ते परंतु उन्होंने पिछों जदों बदलते रहे सरदार सुरजीत सिंह बरनाला प्रधान बने तो एक पासे सरदार प्रकाश सिंह बादल उस समय प्रधान बने जी, फिर दरअसल अकाली दल कोई रहे ही नहीं, वो जाली अकाली दल जिहड़े ने वह बनते रहे तो जाली गल्लां करते रहे। इन्हां दे काल दे विच दोहां दे सरदार सुरजीत सिंह बरनाला दे भी सरदार प्रकाश सिंह बादल दे भी जिहड़े सिख पंथ ते मारू हमले होए ते वड्डियां शहीदियां होईयां वो सारिया इन दोहां दे अपने आप नूं पंथ सरकारां कहाउण दे काल दे विच होईयां जी। सो श्रोमणी अकाली दल जिहड़ा है डट मंडाउंदी हालत है, दरअसल श्रोमणी अकाली दल है नहीं, ना उहदा सुखबीर सिंह बादल प्रधान है ना सरदार प्रकाश सिंह बादल सरप्रस्त है, ये तो एक बादल दल है। बादल दल की हालत तो जिहड़ी है डगमौणियों सी, अकाली दल ये है ही नहीं। अकाली दल जिहड़ा हैगा वो कायम करन दी बड़ी जबरदस्त बड़ी जिहड़ी हैगी है वह बहुत ही लोड़ है। बिल्कुल, पर बादल साहब तो कहिंदे कि हिंदू सिख एकता दा मैं हामी है, मेरा जिहड़ा राज है महाराजा रणजीत सिंह वर्गा राज रहा है, लेकिन तुसी कह रहे हो कि यह जाली अकाली दल है, किवें ते तुलना किवें सही है? देखो महाराजा रणजीत सिंह ने कदे नहीं कहा बई हिंदू सिख एकता मेरा सिद्धांत है, महाराजा रणजीत सिंह ने हमेशा कहा कि मेरा खालसा राज है, जिथे खालसा राज होगा उथे हिंदू सिख एकता तो उही होगी जी। हिंदू सिख एकता दे विच तां उथे त्रेड़ पै ही नहीं सकती जिथे खालसा राज है, तो इन्होंने हिंदू सिख एकता की लड़ाई चरा के पहला लड़ाई चरा के तो फिर एकता दर्शाना चाहते हैं ता जो असी वो वोटा भी लै सकी। पंजाब दे विच हिंदुस्तान दे विच किते भी हिंदू सिख जिहड़ी है लड़ाई नहीं है, एकता की लोड़ तो पैंदी हुंदी है जदों आपस दे विच लड़दे हुंदे है। ये एक थोथा नारा है जिहड़ा कि मौका प्रस्त नारा है जिहड़ा मौके दे लई दिता जा रहा है, एकता दा कोई मतलब ही नहीं बनता जदों कि हिंदू सिख दे विच कोई झगड़ा नहीं है। सो ये जिहड़ी गल है बई ये असली अकाली दल वो होगा जदों हिंदू सिख एकता दा वो नारा देगा, अकाली दल वो हुंदा जिस दे विच पंथ दी चढ़दी कला जिहड़ी है मुख तौर पर सिद्धांत होवे, पंथ दी मर्यादा ते पहरा देवे, जो कुछ गुरु गोबिंद सिंह साहब महाराज ने कहा इन विन उस ते खड़ा रहे वो अकाली दल हुंदा। इन्हां विच किहड़े अमृतधारी ने कोई उत्तों दी इन्हां दे कृपान नहीं पाउंदा, ना सरदार प्रकाश सिंह बादल पाउंदे है ना सरदार सुखबीर सिंह बादल पाउंदे है ना कोई सिखी दा रूह रीते अपनाउंदे है, ये उन्हां छांपां पाउण च मुंदरियां पाउण च उस तरह ही विश्वास रखदे है जिस तरह होर करदे है, कदे किसे सिख सिद्धांत ते इन्हां ने पहरा नहीं दिता ना किसे सिख सिद्धांत की इन्हां ने गल करी। बिल्कुल, सो असी गल कर रहे हैं प्राइम चर्चा प्रोग्राम दा नाम है सरदार राजदेव सिंह खालसा साढ़े नाल ने। खालसा जी अज पंजाब दे विच हालात ये ने कि गुरु साहब की बेअदबी हुई, बेअदबी दे रोस वजों पिछले 5 महीनों तो बरगाड़ी विखे इंसाफ मोर्चा चल रहा है, उस तो बाद सड़कां जाम होईयां धरने लगे, बहुत सारे लोगों ने इस गल का गिला किया कि श्रोमणी अकाली दल नूं अपनी सफाई देनी चाहीदी सी, वो अपनी सफाई नहीं दे सके। हुण मनतार सिंह बराड़ जिहड़े साबका विधायक ने जिथे गोलीकांड होया जिस हल्के SIT ने उन्हां नूं तलब किया और वह बयान जाके दे आए। हुण नवीं गल जिहड़ी होई है उस समय दे मुख्यमंत्री उस समय दे डिप्टी मुख्यमंत्री उन्हां नूं बुलाया गया ते नाल ही अक्षय कुमार नूं बुलाया गया एक फिल्म सितारे नूं कि तुसीं भी SIT दे सामने आओ ते बेअदबी कांड दे विच जिहड़ी अपनी सफाई दिओ, जिहड़ी SIT बनाई गई है कुंवर विजय प्रताप सिंह मानयोग जिहड़े DIG साहब ने IG साहब ने किवें देखदे हो इस सारे एपीसोड नूं? देखो जिन्ने वड्डे घातक वाके होए इतिहास दे विच सिख कौम ते हमले होए वह सारे प्रकाश सिंह बादल दे राज वेले होए जी। असी गल कर रहे सी कि सम्मन होए ने SIT ने बुलाया, किवें देखदे हो इस गल नूं? हाँ मैं कह रहा सी कि जिन्ने वड्डे जिहड़े है घातक हमले होए सिख पंथ ते मारू हमले होए शहीदियां होईयां वह सरदार प्रकाश सिंह बादल की अगवाई वाली सरकार समय ही होईयां। जिहड़ा इह बेअदबी का मसला सी इह बेअदबी इक सोची समझी साजिश सी, जदों प्रकाश सिंह बादल ने सिख मत दे नाल तां इह मुढ़ तों ही नहीं सी जे ते इन्हां ने ये वोटां लैण दे लई ते वोटां कट्ठियां करन लई ये हर वेले कोशिश करदे सी कि वो मर्यादा दे प्रति जिहड़े सुहिरद सिख ने
ਉਹਨਾਂ ਨੂੰ ਲਾਂਭੇ ਕੀਤਾ ਜਾਵੇ ਅਤੇ ਆਪਾਂ ਇੱਕ ਐਸਾ ਉੱਥੇ ਮਾਹੌਲ ਬਣਾਇਆ ਜਾਵੇ ਜਿਹਦੇ ਤੋਂ ਵੱਧ ਵੋਟਾਂ ਸ਼੍ਰੋਮਣੀ ਅਕਾਲੀ ਦਲ ਕਹਿ ਕੇ ਇਕੱਠੀਆਂ ਕੀਤੀਆਂ ਜਾਣ। ਉਸ ਦੇ ਵਿੱਚ ਇਹਨਾਂ ਨੇ ਸਰਸੇ ਦੇ ਜਿਹੜਾ ਉਸ ਸਮੇਂ ਜਿਹਨੇ ਆਪਣਾ ਨਾਂ ਦੁਰਮੀਤ ਰਾਮ ਰਹੀਮ ਰੱਖਿਆ ਹੋਇਆ ਸੀ, ਉਹ ਦੁਰਮੀਤ ਰਾਮ ਰਹੀਮ ਨੂੰ ਇਹਨਾਂ ਨੇ ਹੱਲਾਸ਼ੇਰੀ ਦੇਣੀ ਸ਼ੁਰੂ ਕੀਤੀ। ਇਹ ਉਹਨਾਂ ਦੀ ਸ਼ਰਨ ਵਿੱਚ ਚਲੇ ਗਏ। ਸ਼ਰਨ ਦੇ ਵਿੱਚ ਜਾ ਕੇ ਇੱਕ ਤਰੀਕੇ ਨਾਲ ਸਰਸੇ ਮਤ ਨੂੰ ਜਿਹੜਾ ਸੀ ਇਹਨਾਂ ਦੀ ਜਿਹੜੀ ਬਣਾਈ ਹੋਈ ਸੀ ਡੇਰਾ ਜਿਹੜਾ ਸੀ ਇਹ ਜਿਸ ਨੂੰ ਅਸੀਂ ਡੇਰਾ ਸੱਭਿਆਚਾਰ ਕਹਿੰਦੇ ਹਾਂ ਉਹ ਡੇਰਾ ਸੱਭਿਆਚਾਰ ਨੂੰ ਪ੍ਰਫੁੱਲਿਤ ਕਰਨ ਦੀ ਜਿਹੜੀ ਕੋਸ਼ਿਸ਼ ਕੀਤੀ। ਦੇਖੋ ਉੱਥੇ ਮੈਂ ਇੱਕ ਗੱਲ ਦੱਸਣੀ ਚਾਹੁੰਦਾ ਹੈ ਕਿ ਡੇਰਾ ਸੱਭਿਆਚਾਰ ਦੇ ਵਿੱਚ ਪੰਜਾਬ ਦੇ ਵਿੱਚ ਜਿਹੜੀ ਸ਼ਰਾਬ ਹੈ ਉਹ ਸ਼ਰਾਬ ਜਿਹੜੀ ਹੈ ਸਭ ਤੋਂ ਵੱਡੀ ਬੁਰਾਈ ਹੈ। ਅੱਜ ਪੰਜਾਬ ਦੇ ਘਰ ਤੋੜਨ ਨੂੰ, ਬੰਦੇ ਦੇ ਜਿਸਮ ਤੋੜਨ ਨੂੰ, ਬੰਦੇ ਦੇ ਖਤਮ ਕਰਨ ਨੂੰ, ਉਸ ਦੇ ਦੀਨ ਅਤੇ ਅਮਾਨ ਨੂੰ ਜਿਹੜੀ ਚੁਣੌਤੀ ਦੇਣ ਲਈ, ਉਸ ਦੇ ਆਪਣੇ ਵਜੂਦ ਨੂੰ ਖਤਮ ਕਰਨ ਦੇ ਲਈ ਇਹ ਸ਼ਰਾਬ ਜਿਹੜੀ ਹੈ ਪੰਜਾਬ ਦੇ ਵਿੱਚ ਚੱਲ ਰਹੀ ਹੈ। ਜਿਹਨੂੰ ਇਹ ਜਿਹੜਾ ਆਪਣੇ ਆਪ ਨੂੰ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਕਹਿੰਦੇ ਨੇ ਅਤੇ ਸਰਪ੍ਰਸਤ ਕਹਿੰਦੇ ਨੇ, ਉਹ ਕਹਿੰਦੇ ਨੇ ਸ਼ਰਾਬ ਕੋਈ ਨਸ਼ਾ ਹੀ ਨਹੀਂ। ਇਹਨਾਂ ਨੇ ਉਹ ਜਿਹੜਾ ਸਰਸੇ ਦਾ ਡੇਰਾ ਸੀ ਉਹਨਾਂ ਨੇ ਸ਼ਰਾਬ ਦੇ ਬਾਰੇ ਦੇ ਵਿੱਚ ਲੋਕਾਂ ਨੂੰ ਬਹੁਤ ਜ਼ਿਆਦਾ ਜਾਗਰੂਕ ਕਰਕੇ ਉਹ ਵੱਡੀ ਗਿਣਤੀ ਦੇ ਵਿੱਚ ਲੋਕਾਂ ਨੂੰ ਸ਼ਰਾਬ ਪੀਣ ਤੋਂ ਜਿਹੜਾ ਰੋਕਿਆ, ਜਿਹੜਾ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਇਸ ਸੰਬੰਧੀ ਕੋਈ ਪ੍ਰਚਾਰ ਨਹੀਂ ਕਰ ਰਹੀ ਸੀ। ਇਸ ਦੇ ਵਿੱਚ ਇਹ ਦੇਖ ਕੇ ਕਿ ਸ਼ਰਾਬ ਨੂੰ ਰੋਕਿਆ ਜਾ ਰਿਹਾ, ਇਹ ਉਹ ਵੱਡੀ ਗਿਣਤੀ ਜਿਹੜੀ ਸਿੱਖਾਂ ਦੀ ਸੀ ਉਹ ਡੇਰੇ ਦੇ ਪ੍ਰਤੀ ਸਹਾਨੁਭੂਤੀ ਰੱਖਣ ਲੱਗ ਗਈ ਕਿ ਡੇਰੇ ਜਿਹੜਾ ਹੈ ਉਹ ਸ਼ਰਾਬ ਨੂੰ ਖਤਮ ਕਰਦਾ। ਆਪਣੇ ਵੱਲੋਂ ਇਹਨਾਂ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਇਸ ਦੀ ਕੋਈ ਕੋਸ਼ਿਸ਼ ਨਹੀਂ ਕੀਤੀ। ਉਹਨਾਂ ਨੇ ਫਿਰ ਜਦੋਂ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਦਾ ਸਮਾਜ ਰਚਿਆ ਇਹ ਗੁਰਮੀਤ ਰਾਮ ਰਹੀਮ ਨੇ, ਉਹ ਇੱਕ ਸਿੱਖ ਪੰਥ ਨੂੰ ਬੜੀ ਵੱਡੀ ਚੁਣੌਤੀ ਸੀ ਅਤੇ ਸਿੱਖ ਪੰਥ ਨੇ ਉਸ ਭੰਡਾਰ ਨੂੰ, ਉਸ ਚੁਣੌਤੀ ਨੂੰ ਕਬੂਲ ਲਿਆ ਜੀ। ਅਤੇ ਉਸ ਚੁਣੌਤੀ ਦੇ ਪਿੱਛੋਂ ਡੇਰੇ ਦੇ ਜਿਹੜੀ ਸੀ ਇਹਨਾਂ ਦੇ ਪੈਰੋਕਾਰਾਂ ਦੇ ਵਿੱਚ ਵੱਡੀ ਸੰਨ ਲੱਗੀ ਅਤੇ ਆਮ ਸਿੱਖ ਜਿਹੜਾ ਸੀ ਉਹ ਡੇਰੇ ਦਾ ਵਿਰੋਧੀ ਹੋ ਗਿਆ ਜੀ। ਉਸ ਹਾਲਤ ਦੇ ਵਿੱਚ ਇਹ ਡੇਰੇ ਵਾਲੇ ਕਿਉਂ ਡੇਰੇ ਵਾਲਿਆਂ ਨੂੰ ਇਹ ਜਿਹੜਾ ਆਪਣੇ ਆਪ ਨੂੰ ਸ਼੍ਰੋਮਣੀ ਅਕਾਲੀ ਦਲ ਕਹਾਉਂਦਾ ਸੀ ਪ੍ਰਕਾਸ਼ ਸਿੰਘ ਬਾਦਲ, ਇਹਨਾਂ ਨੇ ਅਪਣਾ ਲਿਆ ਜੀ। ਅਤੇ ਇਹ ਉਹਦੇ ਇਸ ਲਈ 'ਚ ਸਾਨੂੰ ਬਜਵੀਆਂ ਵੋਟਾਂ ਪੈਣੀਆਂ ਹਰੇਕ ਹਲਕੇ ਦੇ ਵਿੱਚੋਂ, ਉਹਦੀ ਸਰਨ ਵਿੱਚ ਵੀ ਗਏ, ਮੱਥਾ ਵੀ ਟੇਕਣ ਲੱਗ ਗਏ, ਗੁਰੂ ਗ੍ਰੰਥ ਸਾਹਿਬ ਨੂੰ ਭੁੱਲ ਕੇ ਇਹ ਗੁਰਮੀਤ ਰਾਮ ਰਹੀਮ ਸਿੰਘ ਨੂੰ ਹੀ ਮੱਥਾ ਟੇਕਣ ਲੱਗੇ ਜੀ ਜੀ। ਸੋ ਅਜਿਹੀ ਹਾਲਤ ਦੇ ਵਿੱਚ ਇਹ ਆਪਣੇ ਆਪ ਨੂੰ ਇਹਨਾਂ ਨੇ ਜਿਹੜਾ ਸੀ ਉਸ ਦੇ ਸਾਹਮਣੇ ਪੇਸ਼ ਕਰਤਾ ਗੁਰਮੀਤ ਰਾਮ ਰਹੀਮ ਸਿੰਘ, ਅਤੇ ਉਹਨੂੰ ਸਭ ਤੋਂ ਵੱਡੀ ਚੁਣੌਤੀ ਗੁਰੂ ਗ੍ਰੰਥ ਸਾਹਿਬ ਤੋਂ ਲੱਗੀ। ਕਿਉਂਕਿ ਪੰਜਾਬ ਦੇ ਵਿੱਚ ਇਹ ਸ਼ੁਰੂ ਤੋਂ ਰਿਹਾ ਨਿਰੰਕਾਰੀ ਕਾਂਡ ਤੋਂ, ਜਿਹੜਾ ਵੀ ਕੋਈ ਬਾਬਾ ਕਹਾਉਂਦਾ, ਕੋਈ ਡੇਰੇ ਵਾਲਾ ਕਹਾਉਂਦਾ, ਉਹ ਗੁਰੂ ਗੋਬਿੰਦ ਸਿੰਘ ਸਾਹਿਬ ਦੀ ਨਕਲ ਕਰਨ ਦੀ ਕੋਸ਼ਿਸ਼ ਕਰਦਾ ਅਤੇ ਬਣਨ ਦੀ ਕੋਸ਼ਿਸ਼ ਕਰਦਾ। ਅਤੇ ਇਹਨਾਂ ਨੇ ਸੋਚਿਆ ਕਿ ਡੇਰੇ ਸਰਸਾ ਨੇ ਵੀ ਇਹ ਗੁਰੂ ਗ੍ਰੰਥ ਸਾਹਿਬ ਦੀ ਜਿਹੜੀ ਮਹਾਨ ਸਤਿਕਾਰ ਹੈ, ਜਿਹੜੀ ਮਹਾਨ ਅਗਵਾਈ ਹੈ, ਇੱਕ ਜਿਉਂਦੇ ਜਾਗਦੇ ਗੁਰੂ ਨੇ, ਇੱਕ ਉਹ ਪਰਮਾਤਮਾ ਦਾ ਰੂਪ ਨੇ, ਉਹਨਾਂ ਨੂੰ ਗੁਰੂ ਗ੍ਰੰਥ ਸਾਹਿਬ ਨੂੰ ਇਸ ਅਗਵਾਈ ਤੋਂ ਲਾਂਭੇ ਕੀਤਾ ਜਾ ਜੀ। ਬਿਲਕੁਲ, ਇਹਨਾਂ ਨੇ ਇੱਕ ਸਾਜਿਸ਼ ਰਚੀ ਅਤੇ ਸਾਜਿਸ਼ ਰਚ ਕੇ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਕਰਾਈ। ਮੈਂ ਪਹਿਲੇ ਦਿਨ ਤੋਂ ਇਹ ਕਹਿੰਦਾ ਰਿਹਾ ਕਿ ਇਹ ਬੇਅਦਬੀ ਦੇ ਪਿੱਛੇ ਸਿੱਧਮ ਸਿੱਧਾ ਗੁਰਮੀਤ ਰਾਮ ਰਹੀਮ ਦਾ ਅਤੇ ਡੇਰਾ ਸਰਸਾ ਦਾ ਹੱਥ ਹੈ ਜੀ, ਸ਼ੁਰੂ ਤੋਂ ਹੱਥ ਹੈ। ਪ੍ਰੰਤੂ ਕਿਉਂਕਿ ਪ੍ਰਕਾਸ਼ ਸਿੰਘ ਬਾਦਲ ਅਤੇ ਸੁਖਬੀਰ ਸਿੰਘ ਬਾਦਲ ਇਹਨਾਂ ਦੇ ਚੇਲੇ ਨੇ ਜੀ, ਜੇ ਉਹਨਾਂ ਨੂੰ ਕਹਿ ਲਿਆ ਜਾਵੇ ਪ੍ਰਕਾਸ਼ ਸਿੰਘ ਇੰਸਾ ਅਤੇ ਸੁਖਬੀਰ ਸਿੰਘ ਇੰਸਾ ਤਾਂ ਇਹ ਕੋਈ ਗਲਤ ਗੱਲ ਨਹੀਂ ਹੋਊਗੀ। ਇਹ ਸਿੱਖ ਧਰਮ ਨਾਲ ਤਾਂ ਕਦੇ ਆਏ ਹੀ ਨਹੀਂ, ਖਾਲਸਾ ਪੰਥ ਦਾ ਇਹਨਾਂ ਨੇ ਸਿਧਾਂਤ ਕਦੇ ਮੰਨਿਆ ਨਹੀਂ ਅਤੇ ਖਾਲਸਾ ਪੰਥ ਦੇ ਨਾਲ ਇਹਨਾਂ ਨੇ ਕਦੇ ਜਿਹੜੀ ਹੈ ਹਮਦਰਦੀ ਪ੍ਰਗਟ ਨਹੀਂ ਕਰੀ, ਕਦੇ ਉਹਨਾਂ ਦੇ ਨਾਲ ਨਹੀਂ ਰਹੇ, ਇਹ ਤਾਂ ਇਹਨਾਂ ਲੋਕਾਂ ਦੇ ਨਾਲ ਹੀ ਰਹੇ ਨੇ। ਸੋ ਇਹ ਬੇਅਦਬੀ ਜਦੋਂ ਹੋਈ ਇਹਨਾਂ ਨੇ ਜਾਣ ਬੁੱਝ ਕੇ, ਇਹ ਪਤਾ ਹੁੰਦੇ ਹੋਏ, ਦੇਖੋ ਮੈਂ ਇਹ ਨਹੀਂ ਵੀ ਇਲਜ਼ਾਮ ਲਾ ਰਿਹਾ, ਇਹ ਪਤਾ ਹੁੰਦੇ ਹੋਏ ਕਿ ਬੇਅਦਬੀ ਡੇਰਾ ਸਰਸਾ ਕਰਾ ਰਿਹਾ, ਗੁਰਮੀਤ ਰਾਮ ਰਹੀਮ ਕਰਾ ਰਿਹਾ, ਇਹਨਾਂ ਨੇ ਚੁੱਪ ਬੱਟੀ ਰੱਖੀ ਅਤੇ ਜਿਹੜੇ ਆਪਦੀਆਂ ਇਹਨਾਂ ਨੇ ਉਹ ਸਪੈਸ਼ਲ ਇਨਵੈਸਟੀਗੇਟਿੰਗ ਟੀਮ ਬਣਾਈਆਂ, ਸਿੱਟ ਬਣਾਈਆਂ, ਉਹਨਾਂ ਨੂੰ ਇੱਧਰਲੇ ਪਾਸੇ ਜਾਣੇ ਨਹੀਂ ਦਿੱਤਾ। ਬਿਲਕੁਲ, ਜਿੱਥੇ ਜਾਂਦੇ ਸੀ ਅਤੇ ਇਹ ਉਹਨਾਂ ਤੋਂ ਲਾਂਭੇ ਕਰ ਦਿੰਦੇ ਸੀ। ਬਿਲਕੁਲ, ਸੋ ਬੇਅਦਬੀ 'ਚ ਇਹਨਾਂ ਦਾ ਸਿੱਧਾ ਹੱਥ ਹੈ। ਬਿਲਕੁਲ, ਇਹ ਦੋਸ਼ ਨੇ ਸਰਦਾਰ ਰਾਜਦੇਵ ਸਿੰਘ ਖਾਲਸਾ ਦੇ ਕਿ ਬੇਅਦਬੀ ਦੇ ਵਿੱਚ ਸਾਬਕਾ ਮੁੱਖ ਮੰਤਰੀ ਸਰਦਾਰ ਪ੍ਰਕਾਸ਼ ਸਿੰਘ ਬਾਦਲ ਦਾ ਹੱਥ ਹੈ, ਕਿਉਂਕਿ ਉਸ ਸਮੇਂ ਉਹਨਾਂ ਦੀ ਸਰਕਾਰ ਸੀ, ਉਹਨਾਂ ਦਾ ਕਾਰਜਕਾਲ ਸੀ। ਹੁਣ ਗੱਲ ਆਉਂਦੀ ਹੈ ਕਿ ਤੁਸੀਂ ਸਭ ਤੋਂ ਪਹਿਲਾਂ ਇਹ ਗੱਲ ਨਸ਼ਰ ਕੀਤੀ ਕਿ ਸਮਝੌਤਾ ਹੋ ਰਿਹਾ, ਡੇਰਾ ਮੁਖੀ ਨਾਲ ਸਮਝੌਤਾ ਹੋ ਰਿਹਾ ਬੰਬੇ ਦੇ ਵਿੱਚ ਇੱਕ ਫਿਲਮ ਸਟਾਰ ਦੇ ਘਰ ਦੇ ਵਿੱਚ, ਉਹ ਗੱਲ ਤੁਸੀਂ, ਤੁਹਾਡੇ ਕੀ ਸੋਰਸ ਸੀ,
ਤੁਸੀਂ ਗੱਲ ਸਭ ਤੋਂ ਪਹਿਲਾਂ ਨਸ਼ਰ ਕੀਤੀ, ਉਹਦਾ ਕੀ ਕਾਰਨ ਸੀਗਾ, ਉਹਦੇ ਬਾਰੇ ਸਾਨੂੰ ਡਿਟੇਲ 'ਚ ਦੱਸੋ। ਦੇਖੋ ਜੀ, ਇਸ ਸਮੇਂ ਮੈਂ ਤੁਹਾਨੂੰ ਇਹ ਗੱਲ ਬੜੀ ਸਪਸ਼ਟ ਦੱਸਣੀ ਚਾਹੁੰਦਾ ਜੀ ਕਿ ਮੇਰੇ ਕੋਲ ਪੂਰੀ ਵਿਸ਼ਵਾਸ ਜੋਗ ਜਿਹੜੀ ਸੀ ਸੂਚਨਾ ਆ ਚੁੱਕੀ ਸੀ ਜੀ ਕਿ ਅਕਸ਼ੇ ਕੁਮਾਰ ਜਿਹੜਾ ਹੈਗਾ ਉਹ ਵਿਚੋਲਾ ਬਣ ਗਿਆ ਜੀ, ਅਤੇ ਉੱਥੇ ਬੰਬਈ ਦੇ ਵਿੱਚ ਜਾ ਕੇ, ਜਿਹਨੂੰ ਬੰਬੇ ਵੀ ਕਹਿੰਦੇ ਹੈ, ਉੱਥੇ ਜਾ ਕੇ ਉੱਥੇ ਹੀ ਇਹ ਗੁਰਮੀਤ ਰਾਮ ਰਹੀਮ ਸਿੰਘ ਬੁਲਾ ਲਿਆ, ਉੱਥੇ ਇਹ ਗਿਆਨੀ ਗੁਰਮਠ ਸਿੰਘ ਨੂੰ ਬੁਲਾ ਲਿਆ, ਅਤੇ ਉੱਥੇ ਜਾ ਕੇ ਇੱਕ ਇਹਨਾਂ ਨੇ ਪੈਸਿਆਂ ਦੇ ਤੌਰ 'ਤੇ ਸਮਝੌਤਾ ਕੀਤਾ ਕਿ ਇਹ ਜਿਹੜਾ ਫਿਲਮ ਹੈ, ਇਸ ਫਿਲਮ ਨੂੰ ਜਿਹੜਾ ਹੈਗਾ ਉਹ ਚਲਾਇਆ ਜਾਵੇ, ਅਤੇ ਮਸੰਜਰ ਆਫ ਡੌਡ ਜਿਹੜਾ ਮਸੰਜਰ ਆਫ ਡੌਡ ਹੈ, ਇਸ ਫਿਲਮ ਨੂੰ ਚਲਾਇਆ ਜਾਵੇ ਤਾਂ ਜੋ ਪੰਜਾਬ ਦੇ ਵਿੱਚ ਗੁਰੂ ਗ੍ਰੰਥ ਸਾਹਿਬ ਦੀ ਅਗਵਾਈ ਨੂੰ ਲਾਂਭੇ ਕਰਕੇ ਇਹ ਡੇਰਾ ਸਰਸਾ ਦੀ ਅਤੇ ਗੁਰਮੀਤ ਰਾਮ ਰਹੀਮ ਦੀ ਜਿਹੜੀ ਹੈ ਅਗਵਾਈ ਜਿਹੜੀ ਹੈ ਉਹ ਇੱਥੇ ਬਣਾਈ ਜਾਵੇ। ਸੋਰਸ ਦੀ ਜਿਹੜੀ ਗੱਲ ਕਰੀ ਹੈ ਕਿ ਸਰੋਤ ਕੀ ਹੁੰਦੇ ਨੇ, ਮੈਂ ਇੰਨੇ ਲੰਬੇ ਸਮੇਂ ਤੋਂ ਇਸ ਜ਼ਿੰਦਗੀ ਦੇ ਸਿਆਸੀ ਜ਼ਿੰਦਗੀ ਦੇ ਵਿੱਚ ਰਿਹਾ, ਆਪਣੇ ਬਚਪਨ ਤੋਂ ਜਦੋਂ ਮੈਂ ਭਚੰਗੀ ਹੁੰਦਾ ਸੀ, ਫਿਰ ਮੈਂ ਨੌਜਵਾਨ ਹੋਇਆ, ਹੁਣ ਮੈਂ ਇਸ ਉਮਰ ਦੇ ਵਿੱਚ ਆਇਆ, ਮੈਂ ਲੰਬਾ ਸਮਾਂ ਵੱਡੇ ਵੱਡੇ ਜਿਹੜੇ ਨੇਤਾ ਸੀ, ਜਿਹੜੇ ਵਜ਼ੀਰ ਸੀ, ਜਿਹੜੇ ਵੱਡੇ ਪਾਰਟੀ ਦੇ ਪ੍ਰਮੁੱਖ ਸੀ, ਸਾਰਿਆਂ ਦੇ ਨਾਲ ਮੇਰੀ ਸਾਂਝ, ਉਦੋਂ ਦੇ ਮੈਂਬਰ ਪਾਰਲੀਮੈਂਟ ਦੇ ਨਾਲ ਸਾਂਝ, ਔਰ ਹਰੇਕ ਸੂਬੇ ਦੇ ਵਿੱਚ, ਮਹਾਰਾਸ਼ਟਰ 'ਚ ਵੀ, ਕਰਨਾਟਕ ਦੇ ਵਿੱਚ ਵੀ ਮੇਰੀ ਸਾਂਝ ਜਿਹੜੀ ਆ ਉਹ ਬਕਾਇਦਾ ਚੱਲਦੀ ਰਹੀ ਹੈ। ਸੋ ਉਸ ਸਮੇਂ ਜਿਨ੍ਹਾਂ ਦੇ ਨਾਲ ਵੀ ਮੈਂ ਗੱਲ ਕੀਤੀ, ਉਹਨਾਂ ਨੇ ਮੈਨੂੰ ਇਹ ਸੰਭਾਵੀ ਸਮਝੌਤੇ ਬਾਰੇ ਦੱਸਿਆ। ਉਹਨਾਂ ਨੇ ਕਿਹਾ ਇਹ ਸੰਭਾਵੀ ਸਮਝੌਤਾ ਜਿਹੜਾ ਹੈ ਨਹੀਂ, ਇਹ 100% ਇਹ ਸਮਝੌਤਾ ਹੋਣ ਹੀ ਵਾਲਾ ਹੈ। ਅੱਛਾ, ਤੁਸੀਂ ਪਹਿਲਾਂ ਦੱਸ ਦਿੱਤਾ ਸੀ। ਮੈਂ ਪਹਿਲਾਂ ਦੱਸਤਾ ਸੀ ਇਹ ਸਮਝੌਤਾ ਜਿਹੜਾ ਹੋਣ ਹੀ ਵਾਲਾ ਹੈ, ਅਤੇ ਉਹ ਸਮਝੌਤਾ ਅਸਲ ਦੇ ਵਿੱਚ ਆ ਗਿਆ। ਅੱਛਾ, ਹੁਣ ਮੈਥੋਂ ਸਰੋਤ ਪੁੱਛਿਆ ਜਾਵੇ, ਸਭ ਤੋਂ ਵੱਡਾ ਸਰੋਤ ਇਹ ਹੈ ਕਿ ਉਸ ਦੇ ਪਿੱਛੋਂ ਜਦੋਂ ਸਮਝੌਤਾ ਹੋ ਗਿਆ, ਜਦੋਂ ਇਹ ਮਾਫ਼ੀਨਾਮਾ ਦੇਤਾ ਅਤੇ ਮਾਫ਼ੀਨਾਮਾ ਪਿੱਛੋਂ ਰੱਦ ਵੀ ਕਰਤਾ, ਉਹਦੇ ਪਿੱਛੋਂ ਗਿਆਨੀ ਗੁਰਮਠ ਸਿੰਘ ਦਾ ਹੀ ਬਿਆਨ ਆ ਗਿਆ, ਜਿਹਦੇ ਵਿੱਚ ਗਿਆਨੀ ਗੁਰਮਠ ਸਿੰਘ ਨੇ ਮੇਰੇ ਸਾਰੇ ਜਿਹੜੀ ਗੱਲ ਕਹੀ ਸੀ ਉਹਦੀ ਪ੍ਰੋੜਤਾ ਕਰਤੀ ਵੀ ਇਸ ਤਰ੍ਹਾਂ ਹੋਈ ਸੀ। ਅਤੇ ਉਹ ਜਿਹੜੀ ਪ੍ਰੋੜਤਾ ਕਰਨਾ, ਜਿਹੜਾ ਬੰਦਾ ਵਿੱਚ ਸ਼ਾਮਿਲ ਹੋਵੇ ਉਹ ਪ੍ਰੋੜਤਾ ਕਰਨਾ, ਗਿਆਨੀ ਗੁਰਮਠ ਸਿੰਘ ਆਪਣੇ ਤੌਰ 'ਤੇ ਸ਼ਾਮਿਲ ਨਹੀਂ ਸੀ, ਉਹਨੂੰ ਤਾਂ ਉੱਥੇ ਸ਼ਾਮਿਲ ਕੀਤਾ ਗਿਆ, ਬੁਲਾਇਆ ਗਿਆ, ਹਾਂ ਸ਼ਾਮਿਲ ਕੀਤਾ ਗਿਆ, ਬੁਲਾਇਆ ਗਿਆ, ਹੁਕਮ ਦਿੱਤਾ ਗਿਆ। ਹੁਕਮ ਤਾਂ ਜਿਹੜਾ ਜਥੇਦਾਰ ਦਾ ਮੰਨਣਾ ਹੁੰਦਾ, ਇਹ ਹੁਕਮ ਦੇ ਕੇ ਜਥੇਦਾਰ ਨੂੰ ਬੁਲਾਉਂਦੇ ਸੀ, ਅਤੇ ਉਹ ਜਥੇਦਾਰ ਜਿਹੜਾ ਸੀ ਉੱਥੇ ਬੁਲਾਇਆ ਗਿਆ ਸੀ, ਅਤੇ ਉਹਨੇ ਪ੍ਰੋੜਤਾ ਕੀਤੀ, ਪਿੱਛੋਂ ਹਿੰਮਤ ਸਿੰਘ ਨੇ, ਭਾਈ ਨੇ ਵੀ ਪ੍ਰੋੜਤਾ ਕੀਤੀ, ਹੋਰਾਂ ਨੇ ਵੀ ਪ੍ਰੋੜਤਾ ਕੀਤੀ। ਉਹ ਮੇਰੀ ਗੱਲ ਨੂੰ ਹੀ ਅੱਜ ਜਿਹੜਾ ਹੈ ਇਹ ਸਭ ਤੋਂ ਵੱਡਾ ਵਿਸ਼ਾ ਬਣਾਇਆ ਗਿਆ, ਅਤੇ 161 ਪੰਨੇ 'ਤੇ ਜਿਹੜੀ ਜਸਟਿਸ ਰਣਜੀਤ ਸਿੰਘ ਦੀ ਰਿਪੋਰਟ ਹੈ ਉਸ ਦੇ ਵਿੱਚ ਵੀ ਹਵਾਲਾ ਦਿੱਤਾ ਗਿਆ। ਇਹ ਇਹਨਾਂ ਦੀ ਮਿਲੀ ਭੁਗਤ ਤੋਂ ਬਿਨਾਂ ਹੋ ਨਹੀਂ ਸਕਦਾ ਸੀ, ਅਤੇ ਇਹੀ ਪੰਜਾਬ ਦੇ ਵਿੱਚ ਸਭ ਤੋਂ ਵੱਡੀ ਬਦਅਮਨੀ ਫੈਲਾਉਣ ਦੇ ਲਈ ਇਹ ਜ਼ਿੰਮੇਵਾਰ ਸੀ। ਪਹਿਲੀ ਗੱਲ ਇਹ ਕਿ ਇਹਨਾਂ ਨੇ ਹੁਕਮਨਾਮਾ ਜਾਰੀ ਕੀਤਾ, ਇਹ ਹੁਕਮਨਾਮਾ ਜਾਰੀ ਕਰਨਾ ਵੀ ਇੱਕ ਸਿਆਸੀ ਸਟੰਟ ਸੀ। ਮੈਂ ਦੇਖੋ ਇਹ ਗੱਲ ਵੀ ਕਹਿੰਦਾ ਕਿ ਹੁਕਮਨਾਮਾ ਜਦੋਂ ਜਾਰੀ ਕੀਤਾ, ਹੁਕਮਨਾਮਾ ਜਾਰੀ ਕਰਨਾ ਵੀ ਇੱਕ ਸਿਆਸੀ ਸਟੰਟ ਸੀ, ਫਿਰ ਉਸ ਤੋਂ ਬਾਅਦ ਹੁਕਮਨਾਮੇ ਨੂੰ ਰੱਦ ਕਰਨਾ ਵੀ ਇੱਕ ਸਿਆਸੀ ਸਟੰਟ ਸੀ। ਬਿਲਕੁਲ, ਇੱਥੇ ਗੱਲ ਆਉਣੀ ਹੈ, ਪਹਿਲਾਂ ਹੁਕਮਨਾਮਾ ਜਾਰੀ ਕਰ ਦਿੱਤਾ ਗਿਆ, ਹਾਂ ਪਹਿਲਾਂ ਜਾਰੀ ਕਰਤਾ, ਉਹ ਜਾਰੀ, ਹਾਂ ਉਹ ਜਾਰੀ ਹੋਣ ਤੋਂ ਪਿੱਛੋਂ ਜੀ ਮੈਂ ਤੁਹਾਡੇ ਧਿਆਨ ਦੇ ਵਿੱਚ ਲਿਆਉਣਾ ਚਾਹੁੰਦਾ, ਮੈਂ ਬਹੁਤ ਕੇਸਾਂ ਦੀ ਪੈਰਵਾਈ ਕਰੀ ਹੈ ਕਿ ਜਿੱਥੇ ਸਰਸੇ ਵਾਲਿਆਂ ਨੇ ਹਮਲਾ ਕਰਕੇ ਜੀ ਜਿਹੜਾ ਹੈ ਸਿੱਖਾਂ ਦਾ ਕਤਲ ਕੀਤਾ ਜੀ, ਇਹ ਹੁਕਮਨਾਮੇ ਤੋਂ ਪਿੱਛੋਂ ਸਭ ਤੋਂ ਵੱਡੀ ਜਿਹੜੀ ਹੈ ਉੱਥੇ ਕਮਰ ਜਿਹੜੀ ਹੈ ਸੁਨਾਮ ਦੀ ਹੈ, ਉਸ ਕੇਸ ਦੇ ਵਿੱਚ ਵੀ ਮੈਂ ਵਕੀਲ ਸੀ। ਤੁਸੀਂ ਲੜਾਈ ਲੜੀ, ਹਾਂ ਲੜਾਈ ਲੜੀ, ਪਰ ਗਵਾਹ ਮੁਤਰ ਜੇ, ਜਿਹੜੇ ਗਵਾਹ ਸੀ ਜੇ ਉਹ ਕਿਸੇ ਤਰੀਕੇ ਨਾਲ ਉਹ ਮੁਤਰਾਏ, ਕਿਸੇ ਵਿੱਚ 1 ਵਿਅਕਤੀ ਨੂੰ ਕੈਦ ਨਹੀਂ ਹੋਈ, ਡੇਰੇ ਵਾਲਾ ਹਾਵੀ ਉਹਨਾਂ ਦਾ ਸਰਕਾਰ ਸਾਥ ਦੇ ਰਹੀ ਸੀ, ਪ੍ਰਕਾਸ਼ ਸਿੰਘ ਬਾਦਲ ਤੇ ਸੁਖਬੀਰ ਸਿੰਘ ਬਾਦਲ ਉਹਨਾਂ ਦਾ ਸਾਥ ਦੇ ਰਹੇ ਸੀ, ਇਹੀ ਗਵਾਹਾਂ ਨੂੰ ਮਚਰਾਉਣ ਦਾ ਕੰਮ ਕਰ ਰਹੇ ਸੀ। 1 ਕੇਸ ਵਿੱਚ ਕੇਸ ਵੀ ਠੀਕ ਨਹੀਂ ਵੱਜਿਆ, ਇਹ ਜਿਹੜਾ ਉੱਥੋਂ ਦਾ ਕੇਸ ਸੀ ਕਮਰਜੀਤ ਦਾ, ਜਿਹੜਾ ਸੁਨਾਮ ਵਾਲਾ, ਉਹਦੇ ਵਿੱਚ ਵੀ ਉਹ ਸੈਲਫ ਡਿਫੈਂਸ ਦਾ ਕੇਸ ਬਣਾਤਾ। ਬਿਲਕੁਲ, ਜ਼ਿਕਰ ਕਰ ਰਹੇ ਹਾਂ ਕਿ ਡੇਰਾ ਮੁਖੀ ਨਾਲ ਸਮਝੌਤਾ ਹੁੰਦਾ ਮੁੰਬਈ ਦੇ ਵਿੱਚ, ਜਿੱਥੇ ਭਾਈ ਗੁਰਮੁਖ ਸਿੰਘ ਜਾਂਦੇ ਨੇ ਔਰ ਅਕਸ਼ੇ ਕੁਮਾਰ ਦੇ ਘਰ, ਇਹ ਸਮਝੌਤਾ ਹੁੰਦਾ, ਔਰ ਸਮਝੌਤਾ ਉਸ ਸਮੇਂ ਹੁੰਦਾ ਜਦੋਂ ਗੋਡ ਆਫ ਮੈਸੰਜਰ ਫਿਲਮ ਨੂੰ ਜਾਰੀ ਕਰਨਾ, ਅਤੇ ਉਸ ਤੋਂ ਪਹਿਲਾਂ ਖਾਲਸਾ ਜੀ ਸਿੰਘ ਇਜ਼ ਕਿੰਗ ਸ਼ਾਇਦ ਉਹਦੀ ਫਿਲਮ ਆਉਂਦੀ ਹੈ ਅਕਸ਼ੇ, ਉਹਦੇ 'ਤੇ ਵੀ ਇਤਰਾਜ਼ ਉੱਠਦਾ ਹੈ ਕਿ ਇਹ ਦੋਨੇ ਸਮਝੌਤੇ ਇੱਕੋ ਜਗ੍ਹਾ 'ਤੇ ਇੱਕੋ ਸਮੇਂ ਹੋਏ। ਬਿਲਕੁਲ ਜੀ, ਬਿਲਕੁਲ, ਇਹ 100% ਦੋਵੇਂ ਸਮਝੌਤੇ ਇੱਕੋ ਜਗ੍ਹਾ 'ਤੇ ਹੋਏ, ਇਹੀ ਕਾਰਨ ਸੀ ਕਿ ਅਕਸ਼ੇ ਕੁਮਾਰ ਉਸ ਦੇ ਵਿੱਚ ਵਿਚੋਲਾ ਬਣਿਆ ਜੀ, ਕਿਉਂਕਿ ਉਸ ਮਸੰਜਰ ਆਫ ਡੌਡ ਦੇ ਵਿੱਚ ਸਮਝੌਤਾ ਕਰਨ ਨਾਲ, ਉਸ ਦੀ ਡੀਲ ਕਰਨ ਨਾਲ ਇਸ ਦੀ ਆਪਦੀ ਫਿਲਮ ਦੀ ਵੀ ਡੀਲ ਹੋ ਰਹੀ ਸੀ, ਇਸ ਲਈ ਇਹ ਸਮਝੌਤਾ ਕਰਾਇਆ ਗਿਆ।
ਅਤੇ ਬਾਦਲਾਂ ਦਾ ਉਸ ਦੇ ਵਿੱਚ ਇਹ ਸੀ ਕਿ ਸਾਨੂੰ ਵੋਟਾਂ ਮਿਲਣੀਆਂ, ਸਿਆਸੀ ਲਾਹਾ, ਹਾਂ ਸਾਨੂੰ ਸਿਆਸੀ ਲਾਹਾ ਮਿਲੂਗਾ ਅਤੇ ਸਰਸੇ ਵਾਲਿਆਂ ਦੀਆਂ ਵੋਟਾਂ, ਇੱਕ ਇਹ ਭਰਮ ਫੈਲਾਇਆ ਗਿਆ ਸੀ ਕਿ ਸਰਸੇ ਵਾਲਿਆਂ ਕੋਲ ਇੰਨੀ ਤਾਕਤ ਹੈ, ਗੁਰਮੀਤ ਰਾਮ ਰਹੀਮ ਕੋਲ ਇੰਨੀ ਤਾਕਤ ਹੈ, ਉਹ ਕਿਸੇ ਨੂੰ ਵੀ ਹਰਾ ਸਕਦਾ ਅਤੇ ਕਿਸੇ ਨੂੰ ਵੀ ਉਹ ਜਿਤਾ ਸਕਦਾ। ਅੱਛਾ, ਮੇਰੇ ਦੋਸ਼ ਜਦੋਂ ਇਸ ਤੋਂ ਪਿੱਛੋਂ ਮੈਂ ਬਿਆਨ ਦਿੱਤਾ, ਹੁਣ ਲਗਭਗ ਸਾਰਿਆਂ ਨੇ ਇਸ ਨੂੰ ਅਪਣਾ ਲਿਆ। ਜੇ ਸੁਨੀਲ ਕੁਮਾਰ ਜਾਖੜ ਹੈ, ਉਸਨੇ ਵੀ ਅਪਣਾ ਲਿਆ, ਅਤੇ ਜੇ ਹੋਰ ਪਾਰਟੀਆਂ ਦੇ ਮੁਖੀ ਨੇ ਉਹਨਾਂ ਨੇ ਵੀ ਅਪਣਾ ਲਿਆ। ਪਰੰਤੂ ਇਹ ਸਭ ਤੋਂ ਪਹਿਲਾਂ ਜਿਹੜਾ ਹੈਗਾ ਇਹ ਬਿਆਨ ਦੇਣ ਦਾ, ਇਹ ਬਿਆਨ ਦੇ ਕੇ ਲੋਕਾਂ ਨੂੰ ਜਿਹੜਾ ਸੂਚਿਤ ਕਰਨ ਦਾ ਅਤੇ ਸਾਵਧਾਨ ਕਰਨ ਦਾ, ਉਹ ਮੈਨੂੰ ਇਹ ਜਿਹੜਾ ਹੈ ਇਹ ਮੰਨ ਜਾਂਦਾ। ਖਾਲਸਾ ਜੀ, ਇਹ ਦੱਸਿਓ, ਇਹ ਜੋ ਤੁਸੀਂ ਬਿਆਨ ਜਾਰੀ ਜਦੋਂ ਕੀਤਾ, ਇਹ ਮੀਡੀਆ ਦੇ ਸਾਹਮਣੇ ਕੀਤਾ? ਹਾਂ, ਮੀਡੀਆ ਦੇ ਸਾਹਮਣੇ ਕੀਤਾ। ਕਿਹੜੇ ਕਿਹੜੇ ਮੀਡੀਆ ਨੇ ਤੁਹਾਨੂੰ ਇਸ ਬਿਆਨ ਨੂੰ ਨਸ਼ਰ ਕੀਤਾ, ਜਾਂ ਤੁਹਾਡੇ ਦੇ ਬਾਅਦ 'ਚ ਪ੍ਰੈਸ਼ਰ ਵੀ ਪਿਆ ਕਿ ਇਹ ਤੁਸੀਂ ਕੀ ਕਰ ਰਹੇ ਹੋ? ਖਾਲਸਾ ਜੀ ਦੱਸੋ, ਜੋ ਚਾਹੀਦਾ ਅਸੀਂ ਕਰਦੇ ਹਾਂ। ਦੇਖੋ, ਇਹ ਜਿਹੜਾ ਬਿਆਨ ਦਿੱਤਾ, ਲਗਭਗ ਸਾਰੇ ਅਖਬਾਰਾਂ ਦੇ ਪ੍ਰਤੀਨਿਧ, ਨਾਮਾ ਨਗਾਰ ਜਿਹੜੇ ਜਰਨਲਿਸਟ ਸੀ ਉਹ ਹਾਜ਼ਰ ਸੀ। ਪ੍ਰੈਸ ਕਾਨਫਰੰਸ ਤੁਸੀਂ ਬਕਾਇਦਾ ਇੱਥੇ? ਹਾਂ, ਇੱਥੇ ਹੀ ਕੀਤੀ ਸੀ ਜੀ। ਅਤੇ ਉਹ ਪ੍ਰੈਸ ਕਾਨਫਰੰਸ ਦੇ ਵਿੱਚ ਸਾਰੇ ਜਣੇ ਹਾਜ਼ਰ ਸੀ, ਅਤੇ ਇਹ ਜਿਹੜੀ ਹੈ ਨਾ ਸਿਰਫ ਪੰਜਾਬ ਪੱਧਰ ਦੀ ਬਲਕਿ ਦੇਸ਼ ਪੱਧਰ ਦੀ, ਅੰਤਰਰਾਸ਼ਟਰੀ ਪੱਧਰ ਦੀ ਖਬਰ ਸੀ ਜੀ। ਪਰੰਤੂ ਉਹਦੇ ਪਿੱਛੋਂ ਕਿ ਦਬਾਅ ਪਾਇਆ ਗਿਆ ਅਖਬਾਰਾਂ ਵਾਲਿਆਂ 'ਤੇ, ਉਹ ਸਾਫ ਸਪਸ਼ਟ ਹੈ ਕਿ ਇਹ ਖਬਰ ਸਿਰਫ ਬਰਨਾਲਾ ਸੰਗਰੂਰ ਜਿਹੜੇ ਹੈਗੇ ਆ, ਇੱਧਰਲੇ ਜਿਹੜੇ ਪਰਚੇ ਆਉਂਦੇ ਹੈ, ਇੱਧਰਲੇ ਐਡੀਸ਼ਨ ਹੈ, ਸਿਰਫ ਉਹਨਾਂ ਦੇ ਵਿੱਚ ਇਹ ਨਸ਼ਰ ਹੋਈ ਜੀ। ਉਹਨਾਂ ਦੇ ਵਿੱਚ ਇਹਨੂੰ ਪ੍ਰਕਾਸ਼ਿਤ ਕੀਤਾ ਗਿਆ ਅਤੇ ਦੂਜੇ ਇਹ ਸੂਬੇ ਵਿੱਚ ਅਤੇ ਦੇਸ਼ ਵਿੱਚ ਨਹੀਂ ਗਈ। ਪਰੰਤੂ ਉਸ ਦੇ ਪਿੱਛੋਂ ਜਿਹੜੇ ਸੀਗੇ ਮੰਨੇ ਪ੍ਰਮੰਨੇ ਨਾਮਾ ਨਗਾਰ ਸੀ, ਜਿਹੜੇ ਹੋਰ ਸੀਗੇ, ਅਤੇ ਜਿਸ ਤਰ੍ਹਾਂ ਜਤਿੰਦਰ ਪੰਨੂ ਜੀ ਨੇ, ਹੋਰ ਇਹਨਾਂ ਨੇ ਉਸ ਖਬਰ ਨੂੰ ਸਾਰੇ ਨਸ਼ਰ ਕਰਤਾ ਜੀ। ਉਹ ਇਹਨਾਂ ਦਾ ਉਹਦਾ ਸਿਹਰਾ ਇਹਨਾਂ ਦੇ ਸਿਰ ਜਾਂਦਾ ਜੀ। ਇਹ ਜਿਹੜਾ ਦਬਾਅ ਪਾਇਆ ਗਿਆ, ਉਸ ਸਮੇਂ ਬਾਦਲ ਸਰਕਾਰ ਸੀ, ਅਤੇ ਬਾਦਲ ਸਰਕਾਰ ਵੱਲੋਂ ਪਾਏ ਦਬਾਅ ਨਾਲ ਹੀ ਇਹ ਪੰਜਾਬ ਪੱਧਰ ਦੀ ਜਿਹੜੀ ਖਬਰ ਅਤੇ ਆਪਣਾ ਰਾਸ਼ਟਰ ਪੱਧਰ ਦੀ, ਅੰਤਰਰਾਸ਼ਟਰੀ ਪੱਧਰ ਦੀ ਸਿਰਫ ਸਮੇਟ ਕੇ ਰੱਖਤੀ ਕਿ ਸੰਗਰੂਰ ਬਰਨਾਲੇ ਦੇ ਵਿੱਚ ਹੀ ਆਊਗੀ। ਅਤੇ ਦਬਾਅ ਜਿਹੜਾ ਸੀ ਮੇਰੇ 'ਤੇ ਉਸ ਸਮੇਂ, ਜਿਹੜਾ ਸੀ ਹਰ ਤਰ੍ਹਾਂ ਦਾ ਦਬਾਅ ਪਾਇਆ ਗਿਆ, ਹਰ ਤਰ੍ਹਾਂ ਦਾ ਇਹ ਦਬਾਅ ਪਾਇਆ ਗਿਆ ਕਿ ਇਸ ਨੂੰ ਵਾਪਸ ਲਿੱਤਾ ਜਾਵੇ। ਤੁਸੀਂ ਕਿਹੋ ਜਿਹੇ ਮੈਂ ਭੁੱਲ ਭੁਲੇਖੇ ਨਾਲ ਦੇ ਗਿਆ, ਮੈਨੂੰ ਗਲਤ ਫਹਿਮੀਆਂ ਹੋ ਗਈਆਂ ਸੀ, ਇੱਕ ਰਾਜੀਨਾਮੇ ਇੱਕ ਰਾਜੀਨਾਮੇ ਮੰਨੂੰ ਅਤੇ ਤੁਹਾਨੂੰ ਆਹ ਪਦਵੀ ਦਿੱਤੀ ਜਾਊ, ਤੁਹਾਨੂੰ ਇਹ ਅਕਾਲੀ ਦਲ ਦੇ ਵਿੱਚ, ਅਤੇ ਮੈਂ ਉਹ ਸਾਰੀਆਂ ਪਦਵੀਆਂ ਨੂੰ ਸਾਰਿਆਂ ਨੂੰ ਠੋਕਰ ਮਾਰੀ, ਅਤੇ ਕੋਈ ਇਹਨਾਂ ਦੀ ਜਿਹੜੀ ਹੈ ਇਹ ਜਿਹੜੀ ਲਾਲਚ ਦੇਣ ਵਾਲੀ ਗੱਲ ਸੀ ਉਹਨਾਂ ਨੂੰ ਨਹੀਂ ਮੰਨਿਆ। ਤੁਸੀਂ ਇਹ ਪ੍ਰੈਸ ਕਾਨਫਰੰਸ ਕਰ ਦਿੱਤੀ ਕਿ ਰਾਜੀਨਾਮਾ ਹੋ ਰਿਹਾ, ਹਾਂਜੀ, ਉਦੋਂ ਬਾਅਦ ਰਾਜੀਨਾਮਾ ਸਿਰੇ ਚੜ੍ਹ ਜਾਂਦਾ, ਹੋ ਜਾਂਦਾ, ਹਾਂਜੀ, ਤੁਹਾਡੀ ਖਬਰ ਨਸ਼ਰ ਹੋ ਜਾਂਦੀ ਹੈ, ਹਾਂਜੀ, ਤਾਂ ਫਿਰ ਇਹ ਰਾਜੀਨਾਮਾ ਰੱਦ ਕਰ ਦਿੱਤਾ ਗਿਆ ਜਾਂ ਮਾਫੀਨਾਮਾ ਰੱਦ ਕਰ ਦਿੱਤਾ ਗਿਆ? ਹਾਂ, ਫਿਰ ਉਸ ਦੇ ਪਿੱਛੋਂ ਜਦੋਂ ਇਹ ਖਬਰ ਨਸ਼ਰ ਹੋ ਗਈ, ਸਾਰਿਆਂ ਦੇ ਵਿੱਚ ਖਬਰ ਪਹੁੰਚ ਗਈ ਕਿ ਬੜੀ ਵੱਡੀ ਸਾਜ਼ਿਸ਼ ਦਾ ਹਿੱਸਾ ਇਹ ਜੀ। ਆਮ ਸਿੱਖ ਨੇ ਜਦੋਂ ਇਸ ਨੂੰ ਮੰਨ ਲਿਆ ਜੀ, ਇਹ ਪ੍ਰਭਾਵ ਗਿਆ ਕਿ ਆਮ ਸਿੱਖ ਨੇ ਇਸ ਨੂੰ ਮੰਨ ਲਿਆ, ਅਤੇ ਸਾਰੇ ਦੇਸ਼ ਦੇ ਵਿੱਚ, ਸੂਬੇ ਵਿੱਚ ਅਤੇ ਅੰਤਰਰਾਸ਼ਟਰੀ ਤੌਰ 'ਤੇ, ਸਿਰਫ ਇੱਥੇ ਨਹੀਂ ਅੰਤਰਰਾਸ਼ਟਰੀ ਤੌਰ 'ਤੇ ਰੌਲਾ ਪੈ ਗਿਆ ਬੜਾ ਵੱਡਾ ਕਿ ਜਿਹੜਾ ਹੈ ਇਸ ਤਰ੍ਹਾਂ ਇੱਕ ਡੀਲ ਕਰਕੇ, ਸਮਝੌਤਾ ਕਰਕੇ ਅਕਸ਼ੇ ਕੁਮਾਰ ਦੇ ਘਰ 'ਤੇ ਸੁਖਬੀਰ ਸਿੰਘ ਬਾਦਲ ਅਤੇ ਗਿਆਨੀ ਗੁਰਮਿਲ ਸਿੰਘ ਨੂੰ ਸੱਦ ਕੇ, ਜੇ ਗੁਰਮੀਤ ਰਾਮ ਰਹੀਮ ਨੂੰ ਸੱਦ ਕੇ ਡੀਲ ਕੀਤੀ ਗਈ ਹੈ, ਤਾਂ ਫਿਰ ਮਜਬੂਰਨ ਇਹਨਾਂ ਨੂੰ ਉਹ ਸਮਝਾਓ ਜਿਹੜੇ ਮਾਫੀਨਾਮਾ ਸੀ ਉਹ ਰੱਦ ਕਰਨਾ ਜੀ। ਔਰ ਸਾਰੇ ਇਤਿਹਾਸ ਦੇ ਵਿੱਚ, ਅਕਾਲ ਤਖਤ ਸਾਹਿਬ ਦੇ ਇਤਿਹਾਸ ਦੇ ਵਿੱਚ ਅਤੇ ਸਾਰੀ ਸਿੱਖ ਇਤਿਹਾਸ ਦੇ ਵਿੱਚ ਇਹ ਇੱਕ ਵੀ ਜਿਹੜਾ ਹੈ ਇਸ ਦੀ ਮਿਸਾਲ ਨਹੀਂ ਮਿਲਦੀ ਜਿੱਥੇ ਇੱਕ ਹੁਕਮਨਾਮਾ ਦੇ ਕੇ ਅਤੇ ਪਿੱਛੋਂ ਉਹਨੂੰ ਮਾਫੀਨਾਮਾ ਦੇ ਦਿਉ ਅਤੇ ਮਾਫੀਨਾਮਾ ਫਿਰ ਰੱਦ ਕਰ ਦਿਉ। ਬਿਲਕੁਲ, ਇਹ ਇੱਕ ਪਹਿਲੀ ਮਿਸਾਲ ਹੈ ਜਿੰਨਾ ਸਿੱਖ ਇਤਿਹਾਸ ਚੱਲਿਆ ਆਉਂਦਾ, ਜਦ ਤੋਂ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਨੇ ਖਾਲਸਾ ਪੰਥ ਸਾਜਿਆ, ਅਕਾਲ ਤਖਤ ਸਾਹਿਬ ਨੂੰ ਇੰਨਾ ਵੱਡਾ ਦਰਜਾ ਦਿੱਤਾ ਜਿਸ ਨੂੰ ਗੁਰੂ ਹਰਗੋਬਿੰਦ ਸਾਹਿਬ ਨੇ ਸਥਾਪਿਤ ਕੀਤਾ ਸੀ, ਮੀਰੀ ਪੀਰੀ ਦਾ ਖਿਤਾਬ ਦਿੱਤਾ ਸੀ, ਬੜਾ ਵੱਡਾ ਦਿੱਤਾ ਸੀ, ਜਿੱਥੋਂ ਉੱਥੇ ਹੁੰਦੇ ਰਹੇ ਇੰਨੇ ਉੱਥੇ ਜਿਹੜੇ ਸੀ ਜਥੇਦਾਰ ਰਹੇ ਸਤਿਕਾਰਯੋਗ ਇਹਨਾਂ ਦੇ, ਅਤੇ ਉਹ ਉਹਦੇ ਵਿੱਚ ਪਹਿਲੀ ਉਦਾਹਰਣ ਹੈ। ਬਿਲਕੁਲ, ਕਿ ਇਹ ਹੋ ਗਿਆ ਜਿੱਥੇ ਇੰਨਾ ਕਲਯੁਗ ਆ ਗਿਆ, ਜਿੱਥੇ ਇੰਨਾ ਸਦਾਚਾਰ ਦਾ ਕਤਲ ਹੋ ਗਿਆ, ਉੱਥੇ ਕੀ ਕਹਿੰਦੇ ਆ ਜਿਹੜਾ ਸ਼੍ਰੋਮਣੀ ਅਕਾਲੀ ਦਲ ਹੈ ਉਹਨੂੰ ਅਸੀਂ ਕਿਵੇਂ ਕਹਿ ਸਕਦੇ ਹਾਂ ਵੀ ਸ਼੍ਰੋਮਣੀ ਅਕਾਲੀ ਦਲ ਹੈ? ਉਹਨੇ ਤਾਂ ਡੱਗ ਮੰਡਾਉਣਾ ਹੀ ਸੀਗਾ, ਅਤੇ ਸੁਖਬੀਰ ਸਿੰਘ ਬਾਦਲ ਦੀ ਅਤੇ ਪ੍ਰਕਾਸ਼ ਸਿੰਘ ਬਾਦਲ ਦੀ ਜਿਹੜੀ ਅਗਵਾਈ ਸੀ, ਲੀਡਰਸ਼ਿਪ, ਉਹਨੇ ਡੱਗ ਮੰਡਾਉਣਾ ਸੀ। ਇਹ ਬੜਾ ਵੱਡਾ ਕਾਰਨ ਸੀ। ਬਿਲਕੁਲ, ਖਾਲਸਾ ਜੀ ਤੁਸੀਂ ਵਕੀਲ ਹੋ, ਕਾਨੂੰਨਦਾਨ ਹੋ, ਕੇਸ ਵੀ ਲੜਦੇ ਹੋ, ਅਤੇ ਹੁਣ ਐੱਸ ਆਈ ਟੀ ਨੇ ਤਲਬ ਕਰ ਲਿਆ ਸਾਬਕਾ ਮੁੱਖ ਮੰਤਰੀ ਨੂੰ, ਸਾਬਕਾ ਡਿਪਟੀ ਮੁੱਖ ਮੰਤਰੀ ਨੂੰ, ਔਰ ਨਾਲ ਹੀ ਉਹਨਾਂ ਨੇ ਬੁਲਾ ਲਿਆ ਅਕਸ਼ੇ ਕੁਮਾਰ ਨੂੰ। ਇਹਨੂੰ ਤੁਸੀਂ ਕਾਨੂੰਨ ਦੀ ਨਜ਼ਰ 'ਚ ਕਿਵੇਂ ਦੇਖਦੇ ਹੋ? ਕਿਉਂਕਿ ਪਹਿਲਾਂ ਜਿਹੜੀਆਂ ਐੱਸ ਆਈ ਟੀ ਬਣੀਆਂ, ਜੋਰਾ ਸਿੰਘ ਕਮਿਸ਼ਨ ਬਣਿਆ, ਜਸਟਿਸ ਰਣਜੀਤ ਸਿੰਘ ਕਮਿਸ਼ਨ ਬਣਿਆ, ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਬਡੂੰਗਰ ਸਾਹਿਬ ਉਦੋਂ ਨਹੀਂ ਗਏ, ਇਹ ਹੁਣ ਜਾਣਗੇ ਇਹ ਆਗੂ
ਜੇ ਨਹੀਂ ਜਾਣਗੇ ਤਾਂ ਉਹਦੇ ਲਈ ਕਾਨੂੰਨ ਕੀ ਕਹਿੰਦਾ? ਦੇਖੋ, ਜਿਹੜਾ ਜਸਟਿਸ ਜੋਰਾ ਸਿੰਘ ਕਮਿਸ਼ਨ ਬਣਿਆ ਜੀ, ਜਸਟਿਸ ਜੋਰਾ ਸਿੰਘ ਕਮਿਸ਼ਨ ਨੇ ਤਾਂ ਜਿਹੜਾ ਉਹ ਸਿਆਸੀ ਤੌਰ 'ਤੇ ਸਿਆਸੀ ਪ੍ਰਭਾਵ ਦੇ ਹੇਠ ਕੋਈ ਬਾਹਲੀ ਛਾਣਬੀਣ ਕਰਨ ਦੀ, ਕਿਸੇ ਨੂੰ ਬੁਲਾਉਣ ਦੀ, ਹੋਰ ਦੀ ਕੋਈ ਜ਼ਰੂਰਤ ਨਹੀਂ ਸਮਝੀ ਜੀ। ਪਰੰਤੂ ਜਿਹੜੀ ਉਹਨਾਂ ਨੇ ਉਹਦੇ ਵਿੱਚ ਉਸ ਦਾ ਉਹਦੇ ਵਿੱਚ ਦਿੱਤਾ ਸਿੱਟਾ ਜਿਹੜਾ ਕੱਢਿਆ ਜੀ, ਉਹ ਲਗਭਗ ਉਹੀ ਸੀ ਜਿਹੜਾ ਜਸਟਿਸ ਰਣਜੀਤ ਸਿੰਘ ਨੇ ਕੱਢਿਆ ਜੀ। ਪਰੰਤੂ ਉਹ ਸਿੱਟੇ ਨੂੰ ਬਾਹਲੀ ਅਹਿਮੀਅਤ ਨਹੀਂ ਦਿੱਤੀ। ਅਤੇ ਇਹ ਤਾਂ ਗੱਲ ਤੁਹਾਨੂੰ ਮੈਂ ਦੱਸਾਂ ਕਿ ਕਮਿਸ਼ਨ ਆਫ ਇਨਕੁਆਇਰੀ ਐਕਟ ਦੇ ਥੱਲੇ ਸਥਾਪਿਤ ਹੋਏ ਸੀ ਜੀ, ਜਸਟਿਸ ਜੋਰਾ ਸਿੰਘ ਕਮਿਸ਼ਨ ਵੀ ਅਤੇ ਜਸਟਿਸ ਰਣਜੀਤ ਸਿੰਘ ਕਮਿਸ਼ਨ ਜੀ। ਕਮਿਸ਼ਨ ਆਫ ਇਨਕੁਆਇਰੀ ਐਕਟ ਦੇ ਥੱਲੇ ਇਹਨਾਂ ਨੂੰ ਇੱਕ ਸਿਵਲ ਅਦਾਲਤ ਦੀਆਂ ਤਾਕਤਾਂ ਦਿੱਤੀਆਂ ਹੋਈਆਂ ਨੇ। ਸਿਵਲ ਅਦਾਲਤ ਦੇ ਵਿੱਚ ਇਹ ਹੁੰਦਾ ਕਿ ਜੇ ਤੁਸੀਂ ਸੰਮਣ ਭੇਜਦੇ ਹੋ, ਜੇ ਕੋਈ ਨਹੀਂ ਆਉਂਦਾ ਤਾਂ ਤੁਸੀਂ ਉਸ ਨੂੰ ਉਸ ਦੀ ਹਾਜ਼ਰੀ ਨੂੰ ਯਕੀਨੀ ਬਣਾਉਣ ਲਈ ਕਦਮ ਚੱਕ ਸਕਦੇ ਹੋ। ਪਰੰਤੂ ਉਹ ਉਹਨਾਂ ਦੀ ਮਰਜ਼ੀ 'ਤੇ ਆਧਾਰਿਤ ਹੈ ਕਿ ਜਿਹੜੇ ਕਮਿਸ਼ਨ ਦੇ ਚੇਅਰਮੈਨ ਨੇ ਉਹ ਉਸ ਨੂੰ ਉਹ ਕਦਮ ਚੱਕਣ ਜਾਂ ਨਾ ਚੱਕਣ। ਜਸਟਿਸ ਜੋਰਾ ਸਿੰਘ ਕਮਿਸ਼ਨ ਨੇ ਵੀ ਨਹੀਂ ਚੱਕੇ ਅਤੇ ਜਸਟਿਸ ਰਣਜੀਤ ਸਿੰਘ ਕਮਿਸ਼ਨ ਨੇ ਨੋਟਿਸ ਜਾਰੀ ਕੀਤੇ, ਸੰਮਣ ਜਾਰੀ ਕੀਤੇ, ਪਰੰਤੂ ਉਹਨਾਂ ਨੇ ਜਸਟਿਸ ਰਣਜੀਤ ਸਿੰਘ ਕਮਿਸ਼ਨ ਮੈਂ ਨਹੀਂ ਸਮਝਦਾ ਵੀ ਕਿਸੇ ਸਿਆਸੀ ਪ੍ਰਭਾਵ ਥੱਲੇ ਸੀ, ਉਹ ਇੱਕ ਨਿਰਪੱਖ ਹੈ, ਉਹਨਾਂ ਦੀ ਨਿਰਪੱਖਤਾ 'ਤੇ ਸ਼ੱਕ ਨਹੀਂ ਕੀਤਾ ਜਾ ਸਕਦਾ ਜਸਟਿਸ ਰਣਜੀਤ ਸਿੰਘ ਦੀ 'ਤੇ। ਅਤੇ ਪਰੰਤੂ ਉਹਨਾਂ ਨੇ ਇਹ ਕਿ ਵੀ ਮੈਂ ਇਹਨਾਂ ਨੂੰ ਸਾਹਮਣ ਕਰੂੰਗਾ, ਇਹਦੇ ਲਈ ਕੋਈ ਇਹੋ ਜਿਹੇ ਜਿਹਨੂੰ ਟੋਰਸਿਵ ਮੈਥਡ 'ਚ ਕਹਿੰਦੇ ਨੇ ਅੰਗਰੇਜ਼ੀ ਦੇ ਵਿੱਚ, ਮੈਂ ਉਹਨਾਂ ਨੂੰ ਅਡੋਪਟ ਕਰੂੰਗਾ ਤਾਂ ਉਸ ਦੇ ਨਾਲ ਗਲਤ ਪ੍ਰਭਾਵ ਹੋ ਸਕਦਾ। ਉਹਨਾਂ ਨੇ ਸਾਹਮਣ ਭੇਜ ਕੇ ਚੁੱਪ ਹੋ ਗਏ ਬਈ ਇਹਨਾਂ ਦਾ ਨਾਂ ਆਉਣਾ ਹੀ ਆਪਣੇ ਆਪ ਇਹਨਾਂ ਦੇ ਖਿਲਾਫ਼ ਵਿੱਚ ਸਬੂਤ ਮੰਨਿਆ ਜਾਊਗਾ। ਜਦੋਂ ਕਿਸੇ ਨੂੰ ਸਾਹਮਣ ਭੇਜਤਾ, ਦੇਖੋ ਹੁਣ ਪ੍ਰਕਾਸ਼ ਸਿੰਘ ਬਾਦਲ ਨੂੰ ਭੇਜਤਾ, ਸੁਖਬੀਰ ਸਿੰਘ ਬਾਦਲ ਨੂੰ ਭੇਜਤਾ, ਉਹ ਹਾਜ਼ਰ ਨਹੀਂ ਆਉਂਦੀ ਤਾਂ ਇਹ ਆਪਣੇ ਆਪ 'ਚ ਇੱਕ ਸਬੂਤ ਹੈ। ਇਸੇ ਤਰ੍ਹਾਂ ਹੀ ਇੰਡੀਅਨ ਐਵੀਡੈਂਸ ਐਕਟ ਦੀ ਧਾਰਾ 114 ਹੈ ਕਿ ਜਿਹਦੇ 'ਚ ਕੋਈ ਬੰਦਾ ਆਉਂਦਾ ਨਹੀਂ ਹੈ ਤਾਂ ਇਹ ਸਮਝਿਆ ਜਾਊ ਕਿ ਉਹਦੇ ਖਿਲਾਫ਼ ਜਿਹੜਾ ਜੁਰਮ ਹੈ ਉਹ ਸਾਬਤ ਹੋ ਗਿਆ ਜੇ ਨਹੀਂ ਆਉਂਦਾ। ਇਸ ਤੋਂ ਪਹਿਲਾਂ ਪ੍ਰਕਾਸ਼ ਸਿੰਘ ਬਾਦਲ ਔਰ ਸਰਦਾਰ ਸੁਖਬੀਰ ਸਿੰਘ ਬਾਦਲ ਵਿਧਾਨ ਸਭਾ ਦੇ ਵਿੱਚ ਜਸਟਿਸ ਰਣਜੀਤ ਸਿੰਘ ਕਮਿਸ਼ਨ ਦੀ ਰਿਪੋਰਟ ਨੂੰ ਖਾਰਜ ਕਰ ਚੁੱਕੇ ਹੈ, ਔਰ ਸੁਖਬੀਰ ਸਿੰਘ ਬਾਦਲ ਤਾਂ ਇੱਥੋਂ ਤੱਕ ਕਹਿ ਚੁੱਕੇ ਹੈ ਕਿ ਅਸੀਂ ਤਾਂ ਜਸਟਿਸ ਰਣਜੀਤ ਸਿੰਘ ਕਮਿਸ਼ਨ ਜਸਟਿਸ ਹੀ ਨਹੀਂ ਮੰਨਦੇ, ਉਹਨਾਂ ਦੀਆਂ ਜਿਹੜੀਆਂ ਡਿਗਰੀਆਂ ਉਹ ਵੀ ਚੈੱਕ ਕਰਾਉਣੀਆਂ। ਦੇਖੋ, ਇਹ ਤਾਂ ਗੱਲ ਇਹ ਹੈ ਕਿ ਉਹ ਰੱਦ ਕਰਜੇ, ਜਿਹੜਾ ਦੋਸ਼ੀ ਪਾਇਆ ਜਾਵੇ ਕਿ ਉਹ ਕਹੇ ਮੈਂ ਤਾਂ ਜੱਜ ਨੂੰ ਹੀ ਰੱਦ ਕਰਨਾ, ਮੈਂ ਤਾਂ ਜੱਜ ਦੀ ਪਦਵੀ ਨੂੰ ਹੀ ਰੱਦ ਕਰਦਾ, ਮੈਂ ਤਾਂ ਹਾਈ ਕੋਰਟ ਨੂੰ ਹੀ ਰੱਦ ਕਰਦਾ, ਮੈਂ ਤਾਂ ਸੁਪਰੀਮ ਕੋਰਟ ਨੂੰ ਹੀ ਰੱਦ ਕਰਦਾ, ਉਹ ਕੋਈ ਵੀ ਦੋਸ਼ੀ ਨਹੀਂ ਮੰਨਦਾ ਹੁੰਦਾ ਕਿ ਜੱਜ ਠੀਕ ਹੈ। ਉਹ ਤਾਂ ਕਹੂਗਾ ਜੀ ਡਿਗਰੀਆਂ ਸਾਬਤ ਕਰਾਓ, ਹੋਰ ਸਾਬਤ ਕਰਾਓ। ਸਰਦਾਰ ਰਣਜੀਤ ਸਿੰਘ ਹਾਈ ਕੋਰਟ ਦੇ ਜੱਜ ਰਹਿ ਚੁੱਕੇ ਅਤੇ ਡਿਗਰੀਆਂ, ਜੇ ਡਿਗਰੀਆਂ ਹੀ ਨਹੀਂ ਸੀ ਉਹਦੇ ਬਿਨਾਂ ਉਹ ਹਾਈ ਕੋਰਟ ਦੇ ਜੱਜ ਕਿਵੇਂ ਰਹਿ ਸਕਦੇ ਸੀ? ਇਹ ਤਾਂ ਇੱਕ ਹਾਸੋਹੀਣਾ ਤਰਕ ਸੀ ਕਿ ਅਸੀਂ ਰੱਦ ਕਰਦੇ ਹਾਂ। ਤੁਹਾਨੂੰ ਦਲੀਲ ਨਾਲ ਉੱਥੇ ਕੱਟਣਾ ਪਊਗਾ, ਦਲੀਲ ਦੇ ਨਾਲ ਪੇਸ਼ ਹੋਣਾ ਪਊ, ਦਲੀਲ ਦੇ ਨਾਲ ਦੱਸਣਾ ਪਊਗਾ ਕਿ ਅਸੀਂ ਉਸ ਦੇ ਲਈ ਜ਼ਿੰਮੇਵਾਰ ਨਹੀਂ ਸੀ। ਇਹ ਕਹਿ ਦੇਣਾ ਕਿ ਅਸੀਂ ਰੱਦ ਕਰਦੇ ਹਾਂ, ਉਹ ਰੱਦ ਕਰਨਾ ਤਾਂ ਦੋਸ਼ੀ ਦੇ ਰੱਦ ਕਰਨ ਨਾਲ ਕੋਈ ਫਰਕ ਨਹੀਂ ਪੈਂਦਾ। ਦੂਸਰੀ ਗੱਲ ਜਿਹੜੀ ਤੁਸੀਂ ਪੁੱਛੀ ਸੀ ਕਿ ਹੁਣ ਸਿੱਟ ਦੇ ਇਹਨਾਂ ਨੂੰ ਤਲਬ ਕਰ ਲਿਆ, ਦੇਖੋ ਜਿਹੜਾ ਪ੍ਰਬੋਧ ਚੰਦਰ ਇਹ ਮੁਖੀ ਹੈ ਸਿੱਟ ਦੇ, ਅਤੇ ਕਮਰ ਵਿਜੇ ਪ੍ਰਤਾਪ ਸਿੰਘ ਜਿਹੜੇ ਸਿੱਟ ਦੇ ਵਿੱਚ ਹੋਰ ਨੇ, ਇਹ ਐਸੇ ਇੱਕ ਪੁਲਿਸ ਅਫਸਰ ਮੰਨੇ ਜਾਂਦੇ ਨੇ ਦੇਸ਼ ਦੇ ਵਿੱਚ ਜਿਹੜੇ ਜਿਨ੍ਹਾਂ ਨੇ ਹਮੇਸ਼ਾ ਨਿਰਪੱਖਤਾ ਦਾ ਸਬੂਤ ਦਿੱਤਾ, ਅਤੇ ਇਹ ਸਿੱਟ ਜਿਹੜੀ ਹੈ ਸਿਆਸੀ ਦਬਾਅ ਤੋਂ ਮੁਕਤ ਹੈ। ਕ੍ਰਿਮੀਨਲ ਪ੍ਰੋਸੀਜਰ ਕੋਡ ਜਿਸ ਨੂੰ ਜ਼ਾਬਤਾ ਫੌਜਦਾਰੀ ਕਿਹਾ ਜਾਂਦਾ ਹੈ, ਉਹਦੀ ਧਾਰਾ 160 ਦੇ ਤਹਿਤ ਇਹ ਜਿਹੜੀ ਹੈ ਸਿੱਟ ਜਿਹੜੀ ਹੈ ਉਹ ਕਿਸੇ ਨੂੰ ਵੀ ਤਲਬ ਕਰ ਸਕਦੀ ਹੈ। ਉਹਦੇ ਲਈ ਉੱਥੇ ਹਾਜ਼ਰ ਹੋਣਾ ਜ਼ਰੂਰੀ ਹੈ, ਉਸ ਦੀ ਮਰਜ਼ੀ 'ਤੇ ਆਧਾਰਿਤ ਨਹੀਂ ਹੈ ਵੀ ਉਹ ਹਾਜ਼ਰ ਹੋਵੇ ਜਾਂ ਨਾ ਹੋਵੇ। ਜੇ ਉਹ ਨਹੀਂ ਹਾਜ਼ਰ ਹੁੰਦਾ ਤਾਂ ਉਸ ਦੇ ਜਮਾਨਤੀਏ ਬਰੰਟ ਭੇਜੇ ਜਾ ਸਕਦੇ ਹੈ। ਜੇ ਉਹ ਜਮਾਨਤੀਆ ਬਰੰਟ 'ਤੇ ਇਤਲਾਹ ਹੋਣ ਦੇ ਬਾਵਜੂਦ ਫਿਰ ਪੇਸ਼ ਨਹੀਂ ਹੁੰਦਾ ਤਾਂ ਫਿਰ ਉਸਦੇ ਗੈਰ ਜਮਾਨਤੀ ਬਰੰਟ ਜਿਹੜੇ ਨੇ ਉਹ ਭੇਜੇ ਜਾ ਸਕਦੇ ਹੈ। ਗੈਰ ਜਮਾਨਤੀ ਬਰੰਟ ਦੇ ਵਿੱਚ ਇਹ ਹੁੰਦਾ ਕਿ ਉਸ ਨੂੰ ਗ੍ਰਿਫਤਾਰ ਕਰਕੇ ਸਿੱਟ ਦੇ ਸਾਹਮਣੇ ਪੇਸ਼ ਕੀਤਾ ਜਾਵੇ, ਅਤੇ ਹੁਣ ਇਸ ਦੇ ਵਿੱਚ ਪੇਸ਼ ਹੋਣਾ ਬਾਦਲ ਪਰਿਵਾਰ ਦੀ, ਅਕਸ਼ੇ ਕੁਮਾਰ ਦੀ, ਜਾਂ ਕੋਈ ਸਮੇਤ ਸੈਣੀ ਹੈ ਜਾਂ ਕਿਸੇ ਪੁਲਿਸ ਅਫਸਰ ਦੀ, ਉਹਨਾਂ ਦੀ ਮਜਬੂਰੀ ਹੈ। ਉਹ ਇਹ ਨਹੀਂ ਹੈ ਕਿ ਉਹਨਾਂ ਨੇ ਕੋਰ ਕਮੇਟੀ ਨੇ ਫੈਸਲਾ ਕਰ ਲਿਆ। ਜਿਹੜੇ ਆਪਣੇ ਆਪ ਨੂੰ ਸ਼੍ਰੋਮਣੀ ਅਕਾਲੀ ਦਲ ਕਹਾਉਂਦੇ ਹੈ ਅਤੇ ਉਹਨਾਂ ਦੀ ਕੋਰ ਕਮੇਟੀ ਜਿਹੜੀ ਆ ਉਹ ਫੈਸਲਾ ਕਰ ਲਏ ਵੀ ਅਸੀਂ ਪੇਸ਼ ਹੋਣਾ, ਇਹ ਉਹਨਾਂ ਦੀ ਮਨਮਰਜ਼ੀ 'ਤੇ ਆਧਾਰਿਤ ਨਹੀਂ ਹੈ ਵੀ ਉਹ ਪੇਸ਼ ਹੋਣਾ ਚਾਹੁੰਦੇ ਆ ਜਾਂ ਨਹੀਂ ਪੇਸ਼ ਹੋਣਾ ਚਾਹੁੰਦੇ। ਉਹਨਾਂ ਨੂੰ ਪੇਸ਼ ਹੋਣਾ ਹੀ ਪਊਗਾ, ਬਿਲਕੁਲ, ਕਿਉਂਕਿ ਪੁਲਿਸ ਨੇ ਇੱਕ ਜ਼ਾਬਤੇ ਥੱਲੇ ਉਹਨਾਂ ਨੂੰ ਤਲਬ ਕੀਤਾ। ਬਿਲਕੁਲ, ਇੱਕ ਜ਼ਾਬਤੇ ਥੱਲੇ ਪੁਲਿਸ ਨੇ ਤਲਬ ਕੀਤਾ, SIT ਨੇ ਤਲਬ ਕੀਤਾ ਹੈ। ਗੱਲ ਕਰ ਰਹੇ ਹਾਂ ਸਰਦਾਰ ਰਾਜਦੇਵ ਸਿੰਘ ਖਾਲਸਾ, ਸਾਬਕਾ ਮੈਂਬਰ ਪਾਰਲੀਮੈਂਟ ਅਤੇ ਉੱਘੇ ਕਾਨੂੰਨਦਾਨ ਨਾਲ, ਜਿਨ੍ਹਾਂ ਨੇ ਡੇਰਾ ਮੁਖੀ ਨਾਲ ਹੋਏ ਸਮਝੌਤੇ ਦੀ ਗੱਲ ਸਭ ਤੋਂ ਪਹਿਲਾਂ ਨਸ਼ਰ ਕੀਤੀ ਅਤੇ ਉਸ ਤੋਂ ਬਾਅਦ
ਪੰਜਾਬ ਦੇ ਲੋਕਾਂ ਨੂੰ ਇਹ ਗੱਲ ਪਤਾ ਲੱਗੀ, ਸ਼੍ਰੋਮਣੀ ਕਮੇਟੀ ਨੂੰ ਪਤਾ ਲੱਗੀ, ਸ਼੍ਰੋਮਣੀ ਕਮੇਟੀ ਨੇ ਉਹ ਮਾਫ਼ੀਨਾਮਾ ਰੱਦ ਕਰ ਦਿੱਤਾ, 85 ਲੱਖ ਰੁਪਏ ਦੇ ਇਸ਼ਤਿਹਾਰ ਦਿੱਤੇ। ਔਰ ਉਸ ਤੋਂ ਬਾਅਦ ਗੱਲ ਚੱਲਦੀ ਚੱਲਦੀ ਅੱਗੇ SIT ਤੱਕ ਪਹੁੰਚੀ ਅਤੇ ਹੁਣ SIT ਨੇ ਸਾਬਕਾ ਮੁੱਖ ਮੰਤਰੀ ਅਤੇ ਸਾਬਕਾ ਡਿਪਟੀ ਮੁੱਖ ਮੰਤਰੀ ਅਤੇ ਅਕਸ਼ੇ ਕੁਮਾਰ ਨੂੰ ਤਲਬ ਕੀਤਾ ਆਉਣ ਵਾਲੇ ਸਮੇਂ ਦੇ ਵਿੱਚ। ਬਰਗਾੜੀ ਇਨਸਾਫ ਮੋਰਚਾ ਵੀ ਇਸੇ ਮਸਲੇ 'ਤੇ ਲੱਗਿਆ ਹੋਇਆ ਹੈ ਕਿ ਬੇਅਦਬੀ ਕਾਂਡ ਦਾ ਜਿਹੜਾ ਨਸ਼ਰ ਕੀਤਾ ਜਾਵੇ, ਦੋਸ਼ੀ ਕੌਣ ਨੇ। ਆਹ ਹੁਣ ਕੱਲ੍ਹ ਪਰਸੋਂ ਵੀ ਜਿਹੜੀਆਂ ਗੱਲਾਂ ਚੱਲ ਰਹੀਆਂ, ਭਗਤਾ ਭਾਈਕਾ ਤੋਂ ਕੁਛ ਬੰਦੇ ਫੜੇ ਨੇ, ਉਹਨਾਂ ਦਾ ਵੀ ਪਤਾ ਲੱਗਿਆ ਕਿ ਉਹ ਡੇਰਾ ਪ੍ਰੇਮੀ ਸਨ, ਪੈਰੋਕਾਰ ਸਨ। ਔਰ ਪੁਲਿਸ ਨੇ ਹੁਣ ਜਿਹੜਾ ਰਿਮਾਂਡ ਲਿਆ ਉਹਦੇ 'ਚ ਪੁਲਿਸ ਨੇ ਦਾਅਵਾ ਕੀਤਾ, ਰਣਬੀਰ ਸਿੰਘ ਖੱਟੜ ਆ ਜਿਹੜੇ IG ਹੈ ਉਹਨਾਂ ਨੇ ਦਾਅਵਾ ਕੀਤਾ ਕਿ ਬੇਅਦਬੀ ਕਾਂਡ ਜਿਹੜਾ ਭਗਤਾ ਭਾਈਕਾ ਦੇ ਵਿੱਚ ਹੋਇਆ ਸੀ, ਬਹਿਬਲ ਕਲਾਂ ਬਰਗਾੜੀ, ਕੁਛ ਹੱਦ ਤੱਕ ਨਹੀਂ, ਬਹੁਤ ਹੱਦ ਤੱਕ ਉਹ ਮਸਲਾ ਹੱਲ ਹੋ ਗਿਆ ਅਤੇ ਉਹਦੇ ਪਿੱਛੇ ਹੁਣ ਜਿਹੜੀ ਹੈ ਕਹਾਣੀ ਸਾਡੇ ਸਾਹਮਣੇ ਆਉਣ ਲੱਗੀ ਹੈ। ਬਰਗਾੜੀ ਦੇ ਰੋਸ ਮਾਰਚ ਨੂੰ, ਬਰਗਾੜੀ ਦੇ ਇਨਸਾਫ ਮੋਰਚੇ ਨੂੰ, ਸੰਤ ਬਲਜੀਤ ਸਿੰਘ ਦਾਦੂਵਾਲ ਦੀ ਰਣਨੀਤੀ ਨੂੰ ਸਰਦਾਰ ਰਾਜਦੇਵ ਸਿੰਘ ਖਾਲਸਾ ਕਿਵੇਂ ਦੇਖਦੇ ਨੇ? ਦੇਖੋ, ਜਿਹੜਾ ਬੇਅਦਬੀ ਦਾ ਬੇਅਦਬੀ ਦੇ ਮਸਲੇ ਆ ਉਹਦੇ 'ਚ ਸਪਸ਼ਟ ਹੋ ਚੁੱਕਿਆ ਹੈ 100% ਕਿ ਸਿੱਧਾ ਡੇਰਾ ਸਰਸਾ ਨੇ ਜਿਹੜਾ ਗੁਰਮੀਤ ਰਾਮ ਰਹੀਮ ਹੈ ਉਸ ਦੇ ਹੁਕਮਾਂ 'ਤੇ ਇਹ ਬੇਅਦਬੀ ਚਰਾਈ ਸੀ ਜੀ। ਅਤੇ ਬਹਿਬਲ ਕਲਾਂ ਦਾ ਗੋਲੀ ਕਾਂਡ ਜਿਹੜਾ ਔਰੰਗਜ਼ੇਬ ਦੀ ਯਾਦ ਚਰਾਉਂਦਾ, ਜਿਹੜਾ ਜਲਿਆਂ ਵਾਲੇ ਬਾਗ ਦੀ ਯਾਦ ਚਰਾਉਂਦਾ, ਜਿੱਥੇ ਦੋ ਸਿੰਘਾਂ ਨੂੰ ਬਿਨਾਂ ਕਾਰਨ ਸ਼ਾਂਤਮਈ ਧਰਨੇ 'ਚ ਬੈਠਿਆਂ ਨੂੰ ਸ਼ਹੀਦ ਕਰ ਦਿੱਤਾ, ਉਹ ਲੂ ਕੰਢੇ ਖੜ੍ਹੇ ਕਰ ਦਿੰਦਾ ਹਰੇਕ ਸਿੱਖ ਦੇ, ਨਹੀਂ ਹਰੇਕ ਇਨਸਾਫ ਪਸੰਦ ਬੰਦੇ ਦੇ। ਉਹਦੇ ਵਿੱਚ ਸਿੱਧੀ ਗੋਲੀ ਜਿਹੜੀ ਚਲਾਈ ਗਈ ਹੈ ਉਹ ਪ੍ਰਕਾਸ਼ ਸਿੰਘ ਬਾਦਲ ਅਤੇ ਸੁਖਬੀਰ ਸਿੰਘ ਬਾਦਲ ਦੇ ਹੁਕਮ ਨਾਲ ਚਲਾਈ ਹੈ। ਸਮੇਧ ਸੈਣੀ ਨੇ ਉਹ ਹੁਕਮ ਇਹਨਾਂ ਦੇ ਚਹੇ ਤੋਂ ਦਿੱਤਾ ਅਤੇ ਜਿਹੜੇ ਪੁਲਿਸ ਵਾਲੇ ਉਸ ਦੇ ਵਿੱਚ ਦੋਸ਼ੀ ਨੇ ਉਹ ਗੋਲੀ ਚਲਾਉਣ 'ਚ, ਜਿਨ੍ਹਾਂ ਨੇ ਦੋ ਸਿੱਖਾਂ ਦੇ ਸੀਨੇ ਪਾੜਤੇ ਉੱਥੇ, ਜਿਹੜੇ ਬਿਲਕੁਲ ਸ਼ਾਂਤਮਈ ਧਰਨੇ ਨਾਲ ਬੈਠੇ ਸੀ, ਉਹ ਇੱਕ ਐਸੀ ਮੱਦਭਾਗੀ ਘਟਨਾ ਹੈ, ਇੱਕ ਐਸੀ ਨਿੰਦਣਯੋਗ ਅਤੇ ਜੁਲਮਾਨਾ ਜਿਹੜੀ ਹੈ ਜ਼ਾਲਮਪੁਣੇ ਦੀ ਘਟਨਾ ਹੈ ਇਸ ਦੇ ਇਤਿਹਾਸ ਦੇ ਵਿੱਚ, ਜਿਸ ਨੂੰ ਕਦੇ ਸਿੱਖ ਪੰਥ ਤਾਂ ਕੀ ਕੋਈ ਵੀ ਇਨਸਾਫ ਪਸੰਦ ਬੰਦਾ ਜਿਹੜਾ ਹੈ ਉਹ ਮਾਫ਼ ਨਹੀਂ ਕਰ ਸਕਦਾ। ਉਸ ਥਾਂ 'ਤੇ ਸਾਰੇ ਜਿੰਨੇ ਵੀਡੀਓ ਦੇਖੀਆਂ ਨੇ ਉਸ ਦੇ ਵਿੱਚ ਉਹ ਸ਼ਾਂਤਮਈ ਧਰਨੇ 'ਤੇ ਬੈਠਿਆਂ 'ਤੇ ਬਿਨਾਂ ਮਤਲਬ ਅਤੇ ਬਿਨਾਂ ਗੱਲ ਤੋਂ ਬਿਨਾਂ ਕਿਸੇ ਉਹਨਾਂ ਨੂੰ ਪ੍ਰੋਵੋਕੇਸ਼ਨ ਦੇ ਉਹ ਜਿਹੜੀ ਆ ਉਹ ਗੋਲੀ ਚਲਾਈ ਗਈ ਹੈ। ਅਤੇ ਸੰਤ ਬਲਜੀਤ ਸਿੰਘ ਦਾਦੂਵਾਲ ਦੀ ਜਿਹੜੀ ਗੱਲ ਕਰਦੇ ਹੋ, ਉਹਨਾਂ ਨੇ ਪਹਿਲਾਂ ਵੀ ਸਿੱਖ ਪੰਥ ਦੀ ਬਹੁਤ ਵਧੀਆ ਅਗਵਾਈ ਕੀਤੀ ਹੈ, ਬਹੁਤ ਚੰਗੀ ਅਗਵਾਈ ਕੀਤੀ ਹੈ, ਦਲੇਰਾਨਾ ਅਗਵਾਈ ਕੀਤੀ ਹੈ, ਉਹਨਾਂ ਨੇ ਸਾਰੇ ਜ਼ੁਲਮ ਅਤੇ ਤਸ਼ੱਦਦ ਨੂੰ ਆਪਣੇ ਸਰੀਰ 'ਤੇ ਹੰਢਾਇਆ ਅਤੇ ਹੁਣ ਵੀ ਉਹ ਬੜੇ ਦਲੇਰਾਨਾ ਤਰੀਕੇ ਦੇ ਨਾਲ ਉਸ ਦੀ ਅਗਵਾਈ ਕਰ ਰਹੇ ਨੇ। ਜਥੇਦਾਰ ਧਿਆਨ ਸਿੰਘ ਮੰਡ ਵੀ ਜਿਹੜੇ ਆ ਉਹ ਵਧੀਆ ਅਗਵਾਈ ਦੇ ਰਹੇ ਨੇ। ਅੱਜ ਜਿਹੜਾ ਬਰਗਾੜੀ ਦਾ ਮੋਰਚਾ ਹੈ ਉਹ ਇੱਕ ਸਹੀ ਜਿਹੜਾ ਇਨਸਾਫ ਪਸੰਦ ਮੋਰਚਾ ਹੈ ਅਤੇ ਉਹਦੀ ਬੁਨਿਆਦ ਇਨਸਾਫ ਦਾ ਇਨਸਾਫ ਨੂੰ ਹਾਸਲ ਕਰਨਾ, ਉਸ ਦੇ ਨਾਲ ਕੋਈ ਵੀ ਇੱਕ ਵੀ ਇਨਸਾਨ ਜਿਹੜਾ ਹੈ ਇਨਸਾਫ ਪਸੰਦ ਉਸ ਦਾ ਵਿਰੋਧ ਨਹੀਂ ਕਰ ਸਕਦਾ, ਕਿਉਂਕਿ ਉਹ ਜਿਹੜਾ ਹੈ ਉਹ ਇੱਕ ਐਸੀ ਤਰਾਸਦੀ ਦੇ ਖਿਲਾਫ ਲੱਗਿਆ ਜਿਹੜੀ ਤਰਾਸਦੀ ਇੱਕ ਭਿਆਨਕ ਤਰਾਸਦੀ ਸੀ ਅਤੇ ਜ਼ੁਲਮ ਦੀ ਤਰਾਸਦੀ ਸੀ। ਇਹ ਪ੍ਰਕਾਸ਼ ਸਿੰਘ ਬਾਦਲ, ਸੁਖਬੀਰ ਸਿੰਘ ਬਾਦਲ ਉਸ ਦੇ ਲਈ ਸਿੱਧੇ ਤੌਰ 'ਤੇ ਦੋਸ਼ੀ ਨੇ। ਇਹ ਜਿਹੜੀ ਸ਼੍ਰੋਮਣੀ ਅਕਾਲੀ ਦਲ ਕਹਾਉਣ ਵਾਲੀ ਜਿਹੜੀ ਇਹ ਲੀਡਰਸ਼ਿਪ ਹੈ ਅੱਜ ਵੀ ਚਿੰਬੜੀ ਹੋਈ ਹੈ, ਇਹ ਸਾਰੀ ਲੀਡਰਸ਼ਿਪ ਬਹਿਬਲ ਕਲਾਂ ਦੇ ਗੋਲੀ ਕਾਂਡ ਦੇ ਲਈ ਜ਼ਿੰਮੇਵਾਰ ਹੈ ਅਤੇ ਸਰਸੇ ਦੇ ਡੇਰੇ ਦੇ ਨਾਲ ਇਹਨਾਂ ਦੀ ਡੰਡ ਧੁੱਪ ਕਰਕੇ ਗੋਲੀ ਚੱਲੀ। ਜਦੋਂ ਸਰਸੇ ਵਾਲੇ ਧਰਨਿਆਂ 'ਤੇ ਬੈਠੇ ਰਹੇ ਉਹਨਾਂ ਨੇ ਮਹੀਨੇ ਬੱਧੀ ਧਰਨੇ ਲਾਏ, ਉਹਨਾਂ ਨੇ ਬੱਸਾਂ ਸਾੜੀਆਂ, ਉਹਨਾਂ ਨੇ ਬੜੀ ਵੱਡੀ ਪੱਧਰ 'ਤੇ ਹਿੰਸਾ ਕੀਤੀ, ਕਿਸੇ ਇੱਕ ਥਾਂ 'ਤੇ ਵੀ ਗੋਲੀ ਨਹੀਂ ਚਲਾਈ ਗਈ, ਕਿਸੇ ਇੱਕ ਬੰਦੇ ਨੂੰ ਮਾਰਿਆ ਨਹੀਂ ਗਿਆ। ਅਤੇ ਸਿੱਖਾਂ ਦੇ ਇਸ ਸ਼ਾਂਤਮਈ ਧਰਨੇ 'ਤੇ ਗੋਲੀਆਂ ਚਲਾ ਕੇ ਦੋ ਜਣਿਆਂ ਦੇ ਸੀਨੇ ਜਿਹੜੇ ਨੇ ਉਹ ਪਾੜ ਦਿੱਤੇ ਗਏ। ਸੋ ਇਸ ਘਟਨਾ 'ਤੇ ਸਿੱਖ ਪੰਥ ਇੱਕ ਮੁੱਠ ਹੈ, ਸਾਰੇ ਇਨਸਾਫ ਪਸੰਦ ਜਿਹੜੇ ਲੋਕ ਨੇ ਉਹ ਇੱਕ ਮੁੱਠ ਨੇ। ਇਹ ਜਿਹੜਾ ਸਮਝੌਤਾ ਹੋਇਆ ਅਕਸ਼ੇ ਕੁਮਾਰ ਦੀ ਕੋਠੀ 'ਤੇ, ਜਿਹਦੇ ਵਿੱਚ ਸੁਖਬੀਰ ਸਿੰਘ ਬਾਦਲ ਸ਼ਾਮਿਲ ਸੀ, ਗੁਰਮੀਤ ਰਾਮ ਰਹੀਮ ਸ਼ਾਮਿਲ ਸੀ, ਇਹੀ ਬਹਿਬਲ ਕਲਾਂ ਦੀ ਗੋਲੀ ਕਾਂਡ ਲਈ ਜ਼ਿੰਮੇਵਾਰ ਹੈ, ਇਹੀ ਬੇਅਦਬੀਆਂ ਦੇ ਲਈ ਜ਼ਿੰਮੇਵਾਰ ਹੈ। ਇਹ ਇੱਕ ਐਸਾ ਸਮਝੌਤਾ ਹੈ, ਇੱਕ ਐਸਾ ਸਮਝੌਤਾ ਹੈ ਜਿਹੜਾ ਇਨਸਾਨੀਅਤ ਦੇ ਖਿਲਾਫ ਵੀ ਸੀ, ਸਿੱਖ ਪੰਥ ਦੇ ਖਿਲਾਫ ਵੀ ਸੀ, ਗੁਰੂ ਗ੍ਰੰਥ ਸਾਹਿਬ ਦੀ ਮਹਾਨ ਮਹਾਨਤਾ ਦੇ ਖਿਲਾਫ ਵੀ ਸੀ, ਇਹ ਇਨਸਾਫ ਦੇ ਖਿਲਾਫ ਵੀ ਸੀ, ਇਹ ਸਦਾਚਾਰ ਦੇ ਖਿਲਾਫ ਵੀ ਸੀ, ਇਹ ਦੀਨ ਅਤੇ ਅਮਾਨ ਦੇ ਖਿਲਾਫ ਵੀ ਸੀ। ਅੱਜ ਸਰਦਾਰ ਸੁਖਬੀਰ ਸਿੰਘ ਬਾਦਲ ਕਹਿੰਦੇ ਆ ਕਿ ਮੈਂ ਔਰ ਸਰਦਾਰ ਪ੍ਰਕਾਸ਼ ਸਿੰਘ ਬਾਦਲ ਸਰ ਪ੍ਰਵਾਨਿਤ ਨੇਤਾ ਨੇ, ਸਾਡੀ ਪਕੜ ਹੈ ਪੰਜਾਬੀਆਂ ਦੇ ਉੱਤੇ ਔਰ ਸਾਡੇ ਖਿਲਾਫ ਇਸ ਤਰ੍ਹਾਂ ਦਾ ਜਿਹੜਾ ਪ੍ਰਚਾਰ ਕੀਤਾ ਜਾ ਰਿਹਾ, ਜਿਹੜੇ ਟਕਸਾਲੀ ਅਕਾਲੀ ਆਗੂ ਨੇ, ਚਾਹੇ ਉਹ ਰਤਨ ਸਿੰਘ ਅਜਨਾਲਾ ਸਾਹਿਬ ਹੋਣ, ਰਣਜੀਤ ਸਿੰਘ ਬ੍ਰਹਮਪੁਰਾ ਹੋਣ ਜਾਂ ਸੇਵਾ ਸਿੰਘ ਸੇਖਵਾ ਹੋਣ, ਉਹਨਾਂ ਨੇ ਆਖਿਆ ਕਿ ਪਾਰਟੀ ਮਾਂ ਹੁੰਦੀ ਹੈ ਅਤੇ ਜੇ ਪਾਰਟੀ ਨੂੰ ਧੋਖਾ ਦੇ ਗਿਆ ਤਾਂ ਇਹਨਾਂ ਦਾ ਕੱਖ ਨਹੀਂ ਵੱਟਿਆ ਜਾਣਾ, ਕਿਵੇਂ ਦੇਖਦੇ ਹੋ ਇਸ? ਦੇਖੋ, ਸਭ ਤੋਂ ਵੱਡੀ ਗੱਲ ਜਿਹੜੀ ਹੈਗੀ ਹੈ ਵੀ ਅਸੀਂ ਪੰਜਾਬ ਦੀ ਰੂਹ 'ਤੇ ਰਵਾਂ, ਉਹ ਤਾਂ ਇਹ ਚੋਣਾਂ ਦੇ ਵਿੱਚ ਸਾਬਤ ਹੋ ਗਿਆ ਕਿ ਪੰਜਾਬ ਦੀ ਰੂਹ 'ਤੇ ਰਵਾਂ ਨੇ ਇਹ ਉਹ ਸ਼੍ਰੋਮਣੀ ਅਕਾਲੀ ਦਲ
ਜਿਹੜਾ ਕਿ 1966 ਦੇ ਵਿੱਚ ਪੰਜਾਬੀ ਸੂਬੇ ਦੀ ਕੈਮੀ ਤੋਂ ਬਾਅਦ ਜਾਂ ਤਾਂ ਹਾਕਮ ਧਿਰ ਹੁੰਦੀ ਸੀ ਜਾਂ ਵਿਰੋਧੀ ਧਿਰ ਹੁੰਦੀ ਸੀ। ਇਸ ਚੋਣਾਂ ਦੇ ਵਿੱਚ ਨਾ ਉਹ ਹਾਕਮ ਧਿਰ ਰਹੀ ਨਾ ਉਹ ਵਿਰੋਧੀ ਧਿਰ ਰਹੀ। ਅੱਜ ਇਹਨਾਂ ਨੂੰ ਕਿ ਕੋਈ ਮੂੰਹ ਨਹੀਂ ਲਾ ਰਿਹਾ, ਇਹਨਾਂ ਦੀ ਬਹੁਤ ਬੁਰੀ ਹਾਲਤ ਹੈ। ਇਹ ਕੋਈ ਨਾ ਕੋਈ ਉਸ ਦੇ ਵਿੱਚੋਂ ਰਾਹ ਲੱਭ ਰਹੇ ਨੇ, ਕਦੇ ਕਿਤਾਬਾਂ ਛਪਾਉਣ ਦਾ ਰਾਹ ਲੱਭ ਲਿਆ, ਕਦੇ ਕੋਈ ਹੋਰ ਲੱਭ ਲਿਆ ਕਿ ਸਾਨੂੰ ਕੋਈ ਅਪਣਾ ਲਏ। ਇਹ ਤਾਂ ਅਪਣਾਉਣ ਪਿੱਛੇ ਭੱਜੇ ਫਿਰਦੇ ਆ। ਪੰਜਾਬੀਆਂ ਦੀ ਇਹ ਕਦੋਂ ਦੀ ਪਾਰਟੀ ਹੈ? ਇਹ ਜਿਹੜੀ ਹੈ ਕੋਈ ਇਹ ਐਸੀ ਪਾਰਟੀ ਨਹੀਂ ਹੈ ਜਿਹਨੂੰ ਪੰਜਾਬੀ ਚਾਹੁੰਦੇ ਹੈ। ਜਿੱਥੋਂ ਤੱਕ ਟਕਸਾਲੀ ਅਕਾਲੀਆਂ ਦਾ, ਜਿਨ੍ਹਾਂ ਨੇ ਬਗਾਵਤ ਕਰੀ ਹੈ, ਜਿਨ੍ਹਾਂ ਨੇ ਕਹਿਣ ਦਾ ਹੀਆ ਕਰਿਆ ਕਿ ਪ੍ਰਕਾਸ਼ ਸਿੰਘ ਬਾਦਲ ਅਤੇ ਸੁਖਬੀਰ ਸਿੰਘ ਬਾਦਲ ਸਿੱਖ ਵਿਰੋਧੀ ਨੇ, ਸਿੱਖ ਮਰਿਆਦਾ ਦੇ ਉਲਟ ਕੰਮ ਕਰ ਰਹੇ ਨੇ, ਉਹਨਾਂ ਨੇ ਬੜੀ ਹਿੰਮਤ ਦਾ ਸਬੂਤ ਦਿੱਤਾ ਜਿਹੜਾ ਹੈ। ਕਿਉਂਕਿ ਇਹ ਬਿੱਲੀ ਦੇ ਇਹ ਹੁੰਦਾ ਕਿ ਬਿੱਲੀ ਤੋਂ ਬਚਣ ਲਈ ਕਿ ਬਿੱਲੀ ਦੇ ਜਲ ਟੱਲੀ ਕੌਣ ਬਣੂ, ਇਹ ਬਹੁਤ ਵੱਡੀ ਗੱਲ ਹੁੰਦੀ ਹੈ। ਜਿਹੜਾ ਟੱਲੀ ਬਣਨ ਦੇ ਲਈ ਤਿਆਰ ਹੋ ਜਾਏ, ਉਹ ਹਮੇਸ਼ਾ ਹੀ ਜਿਹੜਾ ਸਨਮਾਨ ਦਾ ਹੱਕਦਾਰ ਹੁੰਦਾ, ਉਹ ਮਾਨ ਦਾ ਹੱਕਦਾਰ ਹੁੰਦਾ। ਅਤੇ ਟਕਸਾਲੀ ਅਕਾਲੀਆਂ ਨੇ ਜਿਨ੍ਹਾਂ ਨੇ ਇਹ ਕੀਤਾ, ਇੱਕ ਤਾਂ ਟਕਸਾਲੀ ਅਕਾਲੀਆਂ 'ਚ ਵੀ ਮੈਂ ਸਮਝਦਾ ਵੀ ਦੋ ਨੇ, ਇੱਕ ਤਾਂ ਟਕਸਾਲੀ ਅਕਾਲੀ ਜਿਹੜੇ ਖੁੱਲ੍ਹ ਕੇ ਬਾਹਰ ਆ ਗਏ, ਇੱਕ ਜਿਹੜੇ ਹੈਗੇ ਆ ਉਹ ਕੀ ਕਹਿੰਦੇ ਟਕਸਾਲੀ ਅਕਾਲੀ ਘਰ ਹੀ ਬੈਠੇ ਆ, ਉਹ ਇੱਕ ਆਪਣੇ ਪਰਿਵਾਰ ਦੇ ਮੈਂਬਰ ਨੂੰ ਉੱਧਰ ਲਾ ਦਿੰਦੇ ਆ, ਇੱਕ ਪਰਿਵਾਰ ਦੇ ਮੈਂਬਰ ਨੂੰ ਇੱਧਰ ਲਾ ਦਿੰਦੇ ਆ, ਉਹ ਕੋਈ ਸਿਆਸੀ ਲਾਹਾ ਲੈਣ ਦੀ ਕੋਸ਼ਿਸ਼ ਕਰ ਰਹੇ ਆ। ਪਰੰਤੂ ਜਿਹੜੇ ਟਕਸਾਲੀ ਅਕਾਲੀ ਹੈ ਜਿਨ੍ਹਾਂ ਨੂੰ ਪਾਰਟੀ ਵਿੱਚੋਂ ਕੱਢਣ ਦਾ ਕਰਿਆ, ਉਹ ਬਿਲਕੁਲ ਸਹੀ ਤਰੀਕੇ ਨਾਲ ਕਰ ਰਹੇ ਆ। ਪਾਰਟੀ ਇਹ ਸ਼੍ਰੋਮਣੀ ਅਕਾਲੀ ਦਲ ਹੈ ਹੀ ਨਹੀਂ, ਅਤੇ ਇਹਦੇ ਲਈ ਉਹ ਸ਼੍ਰੋਮਣੀ ਅਕਾਲੀ ਦਲ 'ਚੋਂ ਨਹੀਂ ਨਿਕਲੇ, ਸਗੋਂ ਉਹ ਸਿੱਖ ਪੰਥ ਦੇ ਸਨਮਾਨ ਦੇ ਪਾਤਰ ਬਣੇ ਨੇ ਜਿਹੜੇ ਉਹ ਨੇ। ਅਤੇ ਇਹ ਪ੍ਰਕਾਸ਼ ਸਿੰਘ ਬਾਦਲ ਅਤੇ ਸੁਖਬੀਰ ਸਿੰਘ ਬਾਦਲ ਦਾ ਯੁੱਗ ਖਤਮ ਹੋ ਚੁੱਕਿਆ। ਇਹ ਹੁਣ ਖੁਸ਼ੀ ਇਹ ਆਸ ਰੱਖਣ ਕਿ ਉਹ ਫਿਰ ਸਿੱਖਾਂ ਦੀ ਪ੍ਰਤੀਨਿਧਤਾ ਕਰਨਗੇ ਅਤੇ ਸਿੱਖ ਪੰਥ ਨੂੰ ਅੱਗੇ ਲੈ ਕੇ ਜਾਣਗੇ। ਬਿਲਕੁਲ, ਇਹ ਇੰਸਾ ਬਣ ਚੁੱਕੇ ਨੇ, ਇਹ ਖਾਲਸੇ ਨਹੀਂ, ਇਹ ਸਿੱਖ ਪੰਥ ਨਾਲ ਨਹੀਂ, ਇਹ ਇੰਸਾ ਨੇ। ਉਹ ਇੰਸਾ ਜਿਹੜੇ ਸਿੱਖ ਪੰਥ ਦੇ ਜਾਨੀ ਦੁਸ਼ਮਣ ਨੇ, ਉਹ ਇੰਸਾ ਜਿਹੜੇ ਸਿੱਖ ਪੰਥ ਦੀ ਹਰੇਕ ਮਰਿਆਦਾ ਦੇ ਦੁਸ਼ਮਣ ਨੇ, ਉਹ ਇੰਸਾ ਜਿਹੜੇ ਕਿ ਗੁਰੂ ਗ੍ਰੰਥ ਸਾਹਿਬ ਦੇ ਦੁਸ਼ਮਣ ਨੇ, ਉਹ ਜਿਹੜੇ ਸਿੱਖ ਮਰਿਆਦਾ ਨੂੰ ਰੋਲਣਾ ਚਾਹੁੰਦੇ ਨੇ, ਇਹਨਾਂ ਨੇ ਉਹ ਇੰਸਾ ਦਾ ਖਿਤਾਬ ਲੈ ਚੁੱਕੇ ਨੇ। ਇਹ ਉਸ ਤੋਂ ਇੰਸਾ ਦਾ ਖਿਤਾਬ ਲਿੱਤੇ ਨੇ ਜਿਹੜਾ ਕਿ ਦੀਨ ਅਤੇ ਅਮਾਨ ਤੋਂ ਟੋਰਾ ਹੈ। ਸਰਦਾਰ ਰਾਜਦੇਵ ਸਿੰਘ ਖਾਲਸਾ ਜੀ, ਇੱਕ ਸਵਾਲ ਦਾ ਜਵਾਬ ਸੰਗਤ ਵੀ ਮੰਗਦੀ ਹੈ ਔਰ ਇਸ ਪ੍ਰੋਗਰਾਮ ਦੇ ਜ਼ਰੀਏ ਤੁਸੀਂ ਦੱਸਣਾ ਚਾਹੋਗੇ ਕਿ ਤੁਸੀਂ ਭਾਰਤੀ ਜਨਤਾ ਪਾਰਟੀ ਦਾ ਇੱਕ ਵਿੰਗ ਹੈ RSS ਔਰ RSS ਦਾ ਇੱਕ ਵਿੰਗ ਹੈ ਰਾਸ਼ਟਰੀ ਸਿੱਖ ਸੰਗਤ, ਤੁਸੀਂ ਮਾਲਵਾ ਜੋਨ ਦੇ ਪ੍ਰਚਾਰਕ ਵੀ ਰਹੇ ਅਤੇ ਪੰਥਕ ਪਾਰਟੀ ਦੇ ਨਾਲ ਵੀ ਤੁਸੀਂ ਰਹੇ, ਇਹ ਆਪਸ ਦੇ ਵਿੱਚ ਇਹਨਾਂ ਦੋਨਾਂ ਦੀ ਰਣਨੀਤੀ ਮੇਲ ਖਾਂਦੀ ਸੀ ਜਾਂ ਹੁਣ ਤੁਸੀਂ ਇਸ ਪਲੇਟਫਾਰਮ ਦੇ ਜ਼ਰੀਏ ਰਾਸ਼ਟਰੀ ਸਿੱਖ ਸੰਗਤ ਦੇ ਪ੍ਰਚਾਰਕ ਬਣਨ ਤੋਂ ਬਾਅਦ ਅਤੇ ਹੁਣ ਦਾ ਤੁਹਾਡਾ ਕੀ ਤਜਰਬਾ ਰਿਹਾ? ਤੁਸੀਂ ਬਹੁਤ ਵਧੀਆ ਪ੍ਰਸ਼ਨ ਪੁੱਛਿਆ, ਹੁਣ ਧਿਆਨ ਨਾਲ ਸੁਣਿਓ ਕਿ ਮੈਂ ਇਕੱਲਾ ਹੀ ਹਾਂ ਲੀਡਰਸ਼ਿਪ ਦੇ ਵਿੱਚ ਜਿਸ ਨੇ ਰਾਸ਼ਟਰੀ ਸਿੱਖ ਸੰਗਤ ਦੇ ਪਲੇਟਫਾਰਮ ਤੋਂ ਆਪਣੀ ਗੱਲ ਕਹੀ। ਉਹਦੇ ਵਿੱਚ ਤਿੰਨ ਗੱਲਾਂ ਕਿ ਸਿੱਖ ਕੌਮ ਦੀ ਅਲੱਗ ਸ਼ਨਾਖਤ ਹੈ, ਇਹ ਹਿੰਦੂ ਕੌਮ ਦਾ ਹਿੱਸਾ ਨਹੀਂ। ਮੈਂ ਉਹਨਾਂ ਦੇ ਪਲੇਟਫਾਰਮ 'ਤੇ ਜਾ ਕੇ ਗੱਲ ਕਹੀ, ਸਾਡੇ ਰੋ ਰੀਤ ਹਿੰਦੂ ਧਰਮ ਦੇ ਰੋ ਰੀਤਾਂ ਨਾਲ ਮੇਲ ਨਹੀਂ ਖਾਂਦੇ, ਜਿਹੜਾ ਸਿੱਖ ਪੰਥ ਹੈ, ਸਿੱਖ ਪੰਥ ਦੇ ਰੋ ਰੀਤ ਜਿਹੜੇ ਨੇ ਹਿੰਦੂ ਧਰਮ ਤੋਂ ਬਿਲਕੁਲ ਵੱਖਰੇ ਨੇ। ਅਤੇ ਮੈਂ ਉੱਥੇ ਇਹ ਗੱਲ ਕਹੀ, ਉਸ ਥਾਂ 'ਤੇ ਇਹ ਗੱਲ ਵੀ ਕਹੀ ਕਿ ਮਹਾਨ ਕੁਰਬਾਨੀ ਹੋਈ ਹੈ, ਇਹ ਜਿਹੜਾ ਬਲਿਊ ਸਟਾਰ ਹੋਇਆ, ਇਹ ਸਿੱਖਾਂ ਦੇ ਜਿਹੜਾ ਸੀ ਧਾਰਮਿਕ ਸਥਾਨ 'ਤੇ ਵੱਡਾ ਹਮਲਾ ਸੀ ਅਤੇ ਇਸ ਦੀ ਜਿੰਨੀ ਵਿਰੋਧਤਾ ਕੀਤੀ ਜਾਵੇ ਉਨੀ ਘੱਟ ਹੈ, ਅਤੇ ਉਹਨਾਂ ਨੇ ਕਰਿਆ ਜਿਨ੍ਹਾਂ ਦਾ ਦੀਨ ਅਮਾਨ ਨਹੀਂ ਸੀ। ਮੈਂ ਉਸ ਥਾਂ 'ਤੇ ਇਹ ਵੀ ਕਿਹਾ ਕਿ ਸਿੱਖ ਕੌਮ ਦੇ ਮਹਾਨ ਸ਼ਹੀਦਾਂ ਨੇ ਇੱਕ ਮਹਾਨ ਜਿਹੜਾ ਹੈ ਮਾਨਮਤਾ ਇਤਿਹਾਸ ਸਿਰਜ ਰਿਹਾ। ਮੈਂ ਉੱਥੇ ਸਾਫ ਕਿਹਾ ਕਿ ਮਾਲਵਾ ਇੰਚਾਰਜ ਹੁੰਦੇ ਹੋਏ ਕਿ ਅਕਸ਼ੇ ਕੁਮਾਰ ਦੀ ਕੋਠੀ 'ਤੇ ਆ ਸਮਝੌਤਾ ਹੋਇਆ, ਆ ਡੀਲ ਹੋਈ, ਇਹ ਪਹਿਲਾਂ ਇਹ ਸਮਝੌਤਾ ਹੋਣ ਜਾ ਰਿਹਾ, ਇਹ ਸਿੱਖ ਪੰਥ ਦੀ ਹਿੱਤ 'ਤੇ ਇਹਨਾਂ ਨੇ ਹਮਲਾ ਕੀਤਾ। ਉਸ ਸਮੇਂ ਮੈਂ ਇੰਚਾਰਜ ਸੀ ਮਾਲਵਾ ਜੌਨ ਦਾ ਜਦੋਂ ਮੈਂ ਇਹ ਗੱਲ ਕਹੀ। ਕਿਹਨਾਂ ਨੂੰ ਤੁਸੀਂ ਗੱਲ ਕੀਤੀ ਇਹ? ਇਹ ਗੱਲ ਪ੍ਰੈਸ ਦੇ ਵਿੱਚ ਜੀ, ਨਹੀਂ ਪ੍ਰੈਸ ਵਿੱਚ ਜਦੋਂ ਮੈਂ ਬਿਆਨ ਦਿੱਤਾ ਉਦੋਂ ਵੀ ਮੈਂ ਇੰਚਾਰਜ ਸੀ। ਰਾਸ਼ਟਰੀ ਸਿੱਖ ਸੰਗਤ ਦੇ ਆਗੂਆਂ ਨਾਲ, ਗ੍ਰਹਿ ਮੰਤਰੀ ਨਾਲ ਵੀ ਤੁਸੀਂ ਟੈਲੀਫੋਨ 'ਤੇ ਵਾਰਤਾ? ਹਾਂ, ਗ੍ਰਹਿ ਮੰਤਰੀ ਨਾਲ, ਰਾਸ਼ਟਰੀ ਸਿੱਖ ਸੰਗਤ ਦੇ ਆਗੂਆਂ ਨਾਲ ਅਖਬਾਰਾਂ 'ਚ ਬਿਆਨ ਦਿੱਤਾ ਜੀ, ਸਪਸ਼ਟ ਬਿਆਨ ਦਿੱਤਾ, ਅਤੇ ਬਹਿਬਲ ਤਲਾਂ ਗੋਲੀ ਕਾਂਡ ਦੇ ਨਾਲ ਦੀ ਨਾਲ ਮੇਰਾ ਬਿਆਨ ਆਇਆ, ਨਾਲ ਦੀ ਨਾਲ ਇਹ ਮੇਰਾ ਬਿਆਨ ਆਇਆ ਕਿ ਇਹ ਗੋਲੀ ਪ੍ਰਕਾਸ਼ ਸਿੰਘ ਬਾਦਲ ਅਤੇ ਸੁਖਬੀਰ ਸਿੰਘ ਬਾਦਲ ਨੇ ਚਲਾਈ ਹੈ, ਅਤੇ ਇਹ ਗੋਲੀ ਨਾਲ ਜਿਨ੍ਹਾਂ ਦੇ ਦੋ ਜਣਿਆਂ ਦੇ ਸੀਨਿਆਂ ਵਿੱਚ ਗੋਲੀ ਮਾਰੀ ਆ, ਉਹ ਸਿੱਖ ਪੰਥ ਦੇ ਸੀਨੇ ਵਿੱਚ ਗੋਲੀ ਮਾਰੀ ਹੈ। ਹੁਣ ਤੁਸੀਂ RSS ਦਾ, ਉਸ ਸਮੇਂ ਵੀ ਮੈਂ ਇੰਚਾਰਜ ਸੀ ਮਾਲਵਾ ਖੇਤਰ ਦਾ, ਔਰ ਮੈਨੂੰ ਦੱਸੋ ਕਿ ਇੰਨੀ ਹਿੰਮਤ ਪ੍ਰਕਾਸ਼ ਸਿੰਘ ਬਾਦਲ ਨਹੀਂ ਕਰ ਸਕਿਆ ਜਿਹੜਾ ਸਮਝੌਤਾ ਕਰੀ ਬੈਠਾ BJP ਨਾਲ,
ਜਿਹਦਾ ਤੁਸੀਂ ਕਿਹਾ ਕਿ ਉਹ ਬਿੰਦ ਹੈ ਪ੍ਰਕਾਸ਼ ਸਿੰਘ ਬਾਦਲ ਅਤੇ ਸੁਖਬੀਰ ਸਿੰਘ ਬਾਦਲ ਨਹੀਂ ਕਰ ਸਕਿਆ, ਕੋਈ ਹੱਥ ਖੜਾ ਕਰਕੇ ਦੱਸੇ ਕਿ ਕਿਸੇ ਸਿੱਖ ਲੀਡਰ ਨੇ ਇਹ ਯਤਨ ਕੀਤਾ ਹੋਵੇ, ਇੰਨੀ ਹਿੰਮਤ ਕੀਤੀ ਹੋਵੇ। ਮੈਂ ਸ਼ੇਰ ਦੀ ਗੁਫਾ ਵਿੱਚ ਜਾ ਕੇ ਸ਼ੇਰ ਨੂੰ ਮੰਗਾ ਰਿਹਾ ਜੀ, ਬਿਲਕੁਲ। ਹਾਂ, ਮੈਂ ਉੱਥੇ ਸ਼ੇਰ ਦੀ ਗੁਫਾ 'ਚ ਕਹੀ ਹੈ, ਇਹ ਇਤਿਹਾਸ ਦੇ ਵਿੱਚ ਸੁਨਹਿਰੀ ਸ਼ਬਦਾਂ ਦੇ ਵਿੱਚ ਲਿਖਿਆ ਜਾਊਗਾ। ਤੁਸੀਂ ਗ੍ਰਹਿ ਮੰਤਰੀ ਨੂੰ ਇਹ ਵੀ ਸੁਝਾਅ ਦਿੱਤਾ ਸੀਗਾ ਕਿ ਸ਼੍ਰੋਮਣੀ ਅਕਾਲੀ ਦਲ ਨਾਲੋਂ ਭਾਜਪਾ ਨੂੰ ਨਾਤਾ ਤੋੜ ਲੈਣਾ ਚਾਹੀਦਾ। ਮੈਂ ਇਹ ਅਖਬਾਰ 'ਚ ਵੀ ਬਿਆਨ ਦਿੱਤਾ ਸੀ, ਗ੍ਰਹਿ ਮੰਤਰੀ ਨੂੰ ਵੀ ਕਿਹਾ, ਇਹ ਜਿਹੜੀ ਹੈਗੀ ਹੈ ਰਾਸ਼ਟਰੀ ਸਿੱਖ ਸੰਗਤ ਦੀ ਲੀਡਰਸ਼ਿਪ ਨੂੰ ਵੀ ਕਿਹਾ ਕਿ ਬਾਦਲ ਜਿਹੜਾ ਹੈਗਾ ਸਿੱਖ ਪੰਥ ਦਾ ਸਭ ਤੋਂ ਵੱਡਾ ਵਿਰੋਧੀ ਹੈ, ਜੇ ਤੁਸੀਂ ਸਿੱਖ ਪੰਥ ਨਾਲ ਸੁਲਹਾ ਕਰਨਾ ਚਾਹੁੰਦੇ ਹੋ ਤਾਂ ਪ੍ਰਕਾਸ਼ ਸਿੰਘ ਬਾਦਲ ਦੇ ਨਾਲ ਤੁਹਾਨੂੰ ਭਾਈਵਾਲਤਾ ਜਿਹੜੀ ਆ ਫੌਰੀ ਤੌਰ 'ਤੇ ਤੋੜਨੀ ਪਊਗੀ। ਇਹ ਭਾਈਵਾਲਤਾ ਤੋੜ ਕੇ ਜਿਹੜੇ ਲੋਕਾਂ ਨੇ ਗੋਲੀ ਚਲਾਈ ਹੈ ਬਹਿਬਲ ਕਲਾਂ ਦੇ ਵਿੱਚ, ਉਹਨਾਂ ਨੂੰ ਸਜ਼ਾ ਦੇਣੀ ਪਊ, ਜਿਨ੍ਹਾਂ ਦਾ ਮੁੱਖ ਸਰਜਣਾ ਜਿਹੜਾ ਉਹ ਪ੍ਰਕਾਸ਼ ਸਿੰਘ ਬਾਦਲ ਅਤੇ ਸੁਖਬੀਰ ਸਿੰਘ ਬਾਦਲ ਹੈ। ਸੋ ਮੇਰਾ ਇਹ ਜਿਹੜਾ ਇਤਿਹਾਸ ਦੇ ਵਿੱਚ ਲਿਖਿਆ ਹੋਇਆ ਕਿ ਜਿਹਨੂੰ ਇਹ ਸਿੱਖ ਪੰਥ ਦੇ ਖਿਲਾਫ ਮੰਨਦੇ ਸੀ, ਮੈਂ ਉਹਨਾਂ ਦੇ ਵਿੱਚ ਜਾ ਕੇ ਸਿੱਖ ਪੰਥ ਦੀ ਜਿਹੜੀ ਆ ਬੁਲੰਦ ਚਰੀ ਹੈ, ਮੈਂ ਉੱਥੇ ਜਾ ਕੇ ਸੰਤ ਜਰਨੈਲ ਸਿੰਘ ਪਿੰਡਰਾਂ ਵਾਲੇ ਦਾ ਵੀ ਨਾਂ ਲਿੱਤਾ। ਮੈਂ ਕਿਹਾ ਕਿ ਪੰਥ ਦੇ ਲਈ ਸੰਤ ਜਰਨੈਲ ਸਿੰਘ ਖਾਲਸਾ ਪਿੰਡਰਾਂ ਵਾਲੇ ਨੇ ਵੱਡੀ ਲੜਾਈ ਲੜੀ ਹੈ, ਕੋਈ ਕਹਿ ਕੇ ਦਿਖਾਵੇ ਰਾਸ਼ਟਰੀ ਸਿੱਖ ਸੰਗਤ ਦੀ ਸਟੇਜ 'ਤੇ ਬੈਠ ਕੇ। ਬਿਲਕੁਲ। ਸੋ ਸਰਦਾਰ ਰਾਜਦੇਵ ਸਿੰਘ ਖਾਲਸਾ ਨੇ ਬੜੀਆਂ ਬੇਬਾਕ ਗੱਲਾਂ ਕੀਤੀਆਂ ਨੇ। ਸਭ ਤੋਂ ਪਹਿਲਾਂ ਇਹਨਾਂ ਨੇ ਹੀ ਕਿਹਾ ਸੀਗਾ ਕਿ ਅਕਸ਼ੇ ਕੁਮਾਰ ਦੇ ਘਰ ਵਿਖੇ ਡੇਰਾ ਮੁਖੀ ਨਾਲ ਸਮਝੌਤਾ ਹੋ ਰਿਹਾ, ਅਕਾਲੀ ਦਲ ਦੇ ਮੁਖੀ ਕਰ ਰਹੇ ਨੇ। ਅੱਜ SIT ਨੇ ਅਕਾਲੀ ਦਲ ਨੂੰ ਬੁਲਾਇਆ, ਔਰ RSS ਦੇ ਵਿੱਚ ਰਾਸ਼ਟਰੀ ਸਿੱਖ ਸੰਗਤ ਦੇ ਵਿੱਚ ਵੀ ਹੁੰਦਿਆਂ ਇਹਨਾਂ ਨੇ ਪੰਥ ਦੀ ਗੱਲ ਕੀਤੀ ਹੈ ਔਰ ਪੰਜਾਬ ਦੀ ਗੱਲ ਕੀਤੀ ਹੈ, ਪੰਜਾਬੀਅਤ ਦੀ ਗੱਲ ਕੀਤੀ ਹੈ। ਵੱਖ ਵੱਖ ਮੁੱਦਿਆਂ 'ਤੇ ਅਸੀਂ ਇਸ ਤਰ੍ਹਾਂ ਦੀ ਚਰਚਾ ਕਰਦੇ ਰਵਾਂਗੇ। ਸੋ ਸਾਨੂੰ ਅੱਜ ਦਾ ਪ੍ਰੋਗਰਾਮ ਇੱਥੇ ਹੀ ਸਮੇਟਣ ਦੀ ਦਿਓ ਇਜਾਜ਼ਤ। ਦੇਖਦੇ ਰਹੋ ਤੁਹਾਡਾ ਆਪਣਾ ਤੁਹਾਡੇ ਲਈ ਪ੍ਰਾਈਮ ਏਸ਼ੀਆ TV।